ਭਾਜੀ ਕਿਆ ਗਾਣਾ ਗਾਇਆ ਤੁਸੀਂ ਯਾਰ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਰੀਲਾਂ ਵਾਲਾ ਡੈਕ ਮੇਰਾ ਫੇਵਰੇਟ ਗਾਣਾ ਚੱਲ ਰਿਹਾ ਭਾਜੀ ਮਿਹਰਬਾਨੀ ਵੀਰੇ ਮਿਹਰਬਾਨੀ ਕਿਆ ਕੰਪੋਜੀਸ਼ਨ ਬਣਾਈ ਭਾਜੀ ਕਿੱਥੋਂ ਆਈ ਤੁਹਾਨੂੰ ਉਹ ਕੰਪੋਜੀਸ਼ਨ ਯਾਰ ਬਸ ਤੁਹਾਡਾ ਪਿਆਰ ਹੈ ਵੀਰੇ ਮੇਰੇ ਅੰਦਰ ਵਸ ਗਈ ਭਾਜੀ ਕੰਪੋਜੀਸ਼ਨ ਕਿਆ ਬਾਤ ਹੈ ਫਿਰ ਹੋ ਜਾਣ ਦੋ ਲੈਣਾ ਹੋ ਯਾਰ ਰੀਲਾਂ ਵਾਲੇ ਡੈਕ ਵਾਂਗੂ ਬੱਲੀਏ ਨਹੀਂ ਤੇਰੇ ਲਈ ਪੁਰਾਣੇ ਉਹ ਭਰਾਵਾ ਇਹ ਗਾਣਾ ਮੈਂ ਲੋਕਾਂ ਨੇ ਇੰਜੋਏ ਕਰਨ ਲਈ ਨੱਚਣ ਟੱਪਣ ਲਈ ਵਿਆਹਾਂ ਤੇ ਚਲਾਉਣ ਲਈ ਬਣਾਇਆ ਨਾ ਕਿ ਰੋਣ ਪਿੱਟਣ ਲਈ ਬਣਾਇਆ ਉਹ ਮੈਂ ਕਿਹੜਾ ਕਿਸੇ ਦੇ ਅਫਸੋਸ ਤੇ ਲਾਤਾ ਭਾਜੀ ਮੈਨੂੰ ਤਾਂ ਇਹੀ ਫੀਲ ਹੋਇਆ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਸਾਈਡ ਲਿਖਤਾ ਵੀ ਰੋਣਾ ਲੋਕਾਂ ਨੂੰ ਰਵਾਉਣਾ ਮੈਂ ਭਾਜੀ ਬਹੁਤ ਗਾਣੇ ਤੁਹਾਡੇ ਯਾਦ ਆ ਕੱਲਾ ਡਿਫਾਲਟਰ ਗਾਣਾ ਵੇਖ ਲਓ ਨਾ ਮੈਂ ਮਤਲਬ 3-4 ਹਜ਼ਾਰ ਵਾਲੀ ਉਹ ਗਾਣਾ ਸੁਣਿਆ ਅੱਛਾ ਪਹਿਲਾਂ ਮੇਰਾ ਸੁਣਿਆ ਤੁਸੀਂ ਮਤਲਬ ਮੈਂ ਤੁਸੀਂ ਸੋਚੋਗੇ ਵੀ ਕਿੰਨੀ ਵਾਰੀ ਸੁਣਿਆ ਹੋਊਗਾ ਬੰਦੇ ਨੇ ਅੱਛਾ ਹੈਨਾ ਮੇਰਾ ਯਾਰ ਡਿਫਾਲਟਰ ਤਾਂ ਹੋਇਆ ਬਸ 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 ਮੈਂ ਲਾ ਲਿਆ ਸਭ ਬਸ 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 ਸਮਝ ਗਿਆ ਸਮਝ ਗਿਆ ਇਹ ਗਾਣਾ ਸੀ ਨਾ ਕਿ ਆਰਤੀ ਸੀ ਠੀਕ ਹੈ ਪਤੰਦਰਾ ਤੂੰ ਤਾਂ ਜਮੀ ਠੰਡਾ ਪਾਤਾ ਕੰਮ ਮੈਨੂੰ ਇਹ ਲੱਗਦਾ ਤੂੰ 3-4 ਹਜ਼ਾਰ ਵਾਰੀ ਮੇਰਾ ਗਾਣਾ ਨਹੀਂ ਸੁਣਿਆ ਤੂੰ ਸਾਰੇ 3-4 ਹਜ਼ਾਰ ਗਾਣੇ ਸੁਣ ਕੇ ਸਾਰਾ ਦਾ ਮਿਕਸ ਵੈਜ ਬਣਾਤਾ ਤੂੰ ਕੰਪੋਜੀਸ਼ਨ ਭੁੱਲੀ ਫਿਰਦਾ ਪਤੰਦਰਾ ਇਹ ਡਿਫਾਲਟਰ ਐ ਨਹੀਂ ਸੀਗਾ ਕਿੱਦਾਂ ਸੀਗਾ ਸੀਗਾ ਤੇਰਾ ਯਾਰ ਮੈਨੂੰ ਵੀ ਭੁਲਾਤਾ ਯਾਰ ਤੂੰ ਪਤੰਦਰਾ ਬਸ ਤੂੰ ਠੀਕ ਹੈ ਤੂੰ ਇੰਟਰਵਿਊ ਸ਼ੁਰੂ ਕਰ ਵੀਰ ਬਣ ਕੇ ਉਸ ਤੋਂ ਪਹਿਲਾਂ ਕੋਈ ਹੋਰ ਹੈਪਨ ਹੋਵੇ ਮੇਰੇ ਨਾਲ ਪੋਇਜ਼ਨ ਗਾਣਾ ਵੀ ਮੈਨੂੰ ਰਚਿਆ ਪਿਆ ਹਾਂ ਮੈਂ ਦੇਖ ਲਿਆ ਬਹੁਤ ਰਚੇ ਹੋਏ ਨੇ ਜਿਵੇਂ ਪਹਿਲਾਂ ਵਾਲੇ ਰਚੇ ਹੋਏ ਨੇ ਉਹ ਵੀ ਉਮੀ ਰਚਾ ਹੋਣਾ ਚੱਲ ਲਾਸਟ ਵੇਖ ਲੈਣੇ ਉਹ ਵੀ ਸੁਣਾ ਕੇ ਤੇ ਫਾਇਦੇ ਕੀ ਗਹਿਰਾਂ ਦੀ ਕਾਫੀ ਤੇ ਵੀ ਡਾਊਟ ਕਰੀਏ ਸਾਨੂੰ ਬਸ 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 ਕਬੂਲ ਬੱਲੀ ਬਸ 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 ਜਿਹੜੇ ਹਿਸਾਬ ਨਾਲ ਤੂੰ ਗਾਣਾ ਸੁਣਾਇਆ ਨਾ ਗਹਿਰਾਂ ਦੀ ਕਾਫੀ ਤੇ ਡਾਊਟ ਕਰਨ ਦੀ ਲੋੜ ਹੈ ਨਾ ਜ਼ਹਿਰ ਤੇ ਓਕੇ ਆ ਕੰਮ ਓਕੇ ਬਸ ਆਪਾਂ ਇੰਟਰਵਿਊ ਸ਼ੁਰੂ ਕਰੀਏ ਮੇਰਾ ਵੀਰ ਮੈਂ ਨਾ ਅੱਗੇ ਸ਼ੋਅ ਤੇ ਵੀ ਜਾਣਾ ਭਰਾ ਬਣ ਕੇ ਮੈਂ ਬੇਨਤੀ ਕਰਦਾ ਮੈਨੂੰ ਯਾਰ ਕਿਸੇ ਜੇ ਗਲਤ ਬੰਦੇ ਨਾਲ ਅੱਜ ਬਿਠਾਤਾ ਯਾਰ ਕਰੋ ਸ਼ੁਰੂ ਯਾਰ ਵੀ ਬੰਦਾ ਨਹੀਂ ਗਲਤ ਹੋ ਸਕਦਾ ਕੰਪੋਜੀਸ਼ਨ ਗਲਤ ਹੋ ਸਕਦੀ ਬੰਦਾ ਨਹੀਂ ਮੇਰੇ ਲਈ ਤਾਂ ਬੰਦਾ ਹੀ ਗਲਤ ਹੈ ਮੇਰੇ ਗਾਣੇ ਦੀ ਕੰਪੋਜੀਸ਼ਨ ਮੈਂ ਬੜੀ ਮਿਹਨਤ ਨਾਲ ਬਣਾਈਆਂ ਵੀਰੇ ਤੂੰ ਪੱਟੀ ਮਿਸ ਕਰਤੀ ਯਾਰ ਮੈਂ ਆਪਦੇ ਕੰਪੋਜੀਸ਼ਨਾਂ ਭੁੱਲ ਗਿਆ ਯਾਰ ਚਲੋ ਮੈਂ ਜਾ ਕੇ ਸ਼ੋਅ ਵੀ ਕਰਨੇ ਆ ਕਰੋ ਕਰੋ ਸ਼ੁਰੂ ਕਰੋ ਸ਼ੁਰੂ ਕਿੱਦਾਂ ਮੇਰੇ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ 9 ਐਕਸਟ੍ਰੈਸ਼ਨ ਦਿਲ ਦੀ ਗੱਲ ਵਿਦ ਯੰਗ ਵੀਰ ਤੇ ਅੱਜ ਸਾਡੇ ਨਾਲ ਬਹੁਤ ਹੀ ਘੈਂਟ ਬੰਦਾ ਮੇਰਾ ਪਰਸਨਲ ਫੇਵਰੇਟ ਨਾਮ ਲੈਣ ਦੀ ਲੋੜ ਹੀ ਨਹੀਂ ਉਹਨਾਂ ਤੋਂ ਪਹਿਲਾਂ ਨਾਮ ਤੋਂ ਪਹਿਲਾਂ ਮੈਂ ਤੁਹਾਨੂੰ ਸ਼ਾਇਰੀ ਸੁਣਾਉਂਗਾ ਥੋੜ੍ਹੀ ਜੀ ਸਾਡੇ ਸ਼ੋਅ 'ਚ ਆਉਂਦੇ ਨੇ ਸੁਪਰ ਸਟਾਰ ਨਹੀਂ ਆਉਂਦੇ ਭੂਤ ਪ੍ਰੇਤ ਸਾਡੇ ਨਾਲ ਵਨ ਐਂਡ ਓਨਲੀ ਆਰਨੇ ਕੀ ਬਾਤ ਥੈਂਕ ਯੂ ਸਰ ਥੈਂਕ ਯੂ ਮਿਹਰਬਾਨੀ ਭਾਜੀ ਭੇਜ ਮਿਹਰਬਾਨੀ ਨਹੀਂ ਅੱਗੇ ਹੋਰ ਅੱਛਾ ਕਾਫੀ ਕੁਝ ਲਿਖੀ ਬੈਠਾ ਫਰੂਟ ਲੈ ਕੇ ਜਾਂਦੇ ਨੇ ਜੇ ਖਰਾਬ ਹੋ ਜੇ ਕਿਸੇ ਦੀ ਸਿਹਤ ਸਾਡੇ ਨਾਲ ਆਰਨੇ ਇੱਕ ਹੋਰ ਭਾਜੀ ਲਾਸਟ ਬਸ ਬਸ ਇੱਕ ਭਾਜੀ ਬਣ ਗਏ ਨੇ ਹੁਣ ਪੋਰਸ਼ ਪੋਰਸ਼ ਬਾਥਰੂਮ ਨਹੀਂ ਜਾਂਦੇ ਹੁਣ ਖੇਤ ਸਾਡੇ ਨਾਲ ਆਰਨੇਤ ਸੈਗਮੈਂਟ ਟਰੂ ਫਾਲਸ ਮਤਲਬ ਤੁਹਾਡੇ ਬਾਰੇ ਮੈਂ ਕੁਝ ਗੱਲਾਂ ਦੱਸੂਗਾ ਤੁਸੀਂ ਦੱਸਣਾ ਕਿਹੜੀ ਗੱਲ ਟਰੂ ਆ ਤੇ ਕਿਹੜੀ ਗੱਲ ਫਾਲਸ ਹਾਂਜੀ ਆਉਣ ਦੋ ਭਾਜੀ ਪਹਿਲੀ ਗੱਲ ਹੈ ਵੀ ਨਾਨ ਗਾਣਾ ਤੁਸੀਂ ਤੰਦੂਰ ਕੋਲ ਬੈਠ ਕੇ ਲਿਖਿਆ ਸੀ ਇਹ ਫਾਲਸ ਹੈ ਇਹ ਮੈਂ ਤੰਦੂਰ ਕੋਲੇ ਬੈਠ ਕੇ ਨਹੀਂ ਲਿਖਿਆ ਮੈਂ ਕਿਸੇ ਨੂੰ ਤੰਦੂਰ ਕੋਲੇ ਬੈਠੀ ਨੂੰ ਵੇਖ ਕੇ ਲਿਖਿਆ ਸੀ ਕਿਆ ਬਾਤ ਹੈ ਅਜੇ ਸ਼ੋਅ ਸ਼ੁਰੂ ਨਹੀਂ ਹੋਇਆ ਰੋਮਾਂਟਿਕ ਗੱਲਾਂ ਸ਼ੁਰੂ ਤੰਦੂਰ ਸਵਾਲ ਹੀ ਉਦਾਂ ਦੇ ਹੋਣ ਲੱਗੇ ਫਿਰ ਮੈਂ ਕੀ ਕਰਾਂ ਭਾਜੀ ਦੂਸਰੀ ਗੱਲ ਆ ਵੀ ਜਦੋਂ ਤੁਸੀਂ ਬਿਗ ਬਰਡ ਭਾਜੀ ਨਾਲ ਗਾਣਾ ਕੀਤਾ ਸੀ ਭਾਜੀ ਗਾਣਾ ਬਣਾਉਂਦੇ ਬਣਾਉਂਦੇ 2-3 ਘੰਟਿਆਂ ਵਾਸਤੇ ਉੱਡ ਕੇ ਕਿਤੇ ਚਲ ਗਏ ਸੀ ਨਹੀਂ ਉੱਡ ਕੇ ਤਾਂ ਨਹੀਂ ਚੱਲੇ ਮੇਰੀ ਇੱਕ ਗੱਲ ਯਾਦ ਹੈ ਤੇ ਮੈਂ ਜਦੋਂ ਹਾਂ ਮੈਂ ਗਾਣੇ ਵਾਸਤੇ ਉਹਨਾਂ ਕੋਲ ਗਿਆ ਤੇ ਮੈਂ ਪੁੱਛਿਆ ਮਾਂ ਬਰਡ ਭਾਜੀ ਇਹਦੇ 'ਚ ਆਪਾਂ ਨੇ ਗਾਣੇ 'ਚ ਮੈਂ ਤੁਸੀਂ ਆਪਣਾ ਰੈਪ ਵਜੋਂ ਕੀ ਪਾਓਗੇ ਕਹਿੰਦਾ ਤੈਨੂੰ ਪਤਾ ਹੀ ਹੈ ਮਾਂ ਮੈਨੂੰ ਕੀ ਪਤਾ ਕਹਿੰਦਾ ਆਹੀ ਤਾਂ ਪਾਉਣਾ ਵੀ ਤੈਨੂੰ ਪਤਾ ਹੀ ਹੈ ਤੇ ਮੇਰੇ ਅੱਜ ਵੀ ਇਹ ਗੱਲ ਯਾਦ ਜਦੋਂ ਉਹਨਾਂ ਨੂੰ ਮਿਲਿਆ ਸੀ ਓਕੇ ਤੈਨੂੰ ਪਤਾ ਹੀ ਆ ਓਕੇ ਉਹਨਾਂ ਦਾ ਕਿ ਟੈਗ ਬਣਿਆ ਭਾਈ ਤੁਸੀਂ ਇੰਨੇ ਮਾੜੇ ਦਿਨ ਦੇਖਿਆ ਵੀ ਤੁਹਾਨੂੰ ਸਭ ਪਤਾ ਹੈ ਕਿਹੜਾ ਬੈਂਕ ਕਿੰਨੇ ਪਰਸੈਂਟ ਤੇ ਲੋਨ ਦਿੰਦਾ ਬੈਂਕਾਂ ਦਾ ਤਾਂ ਹਲੇ ਘੱਟ ਪਤਾ ਪਰ ਮੈਨੂੰ ਇੰਨਾ ਕੁ ਪਤਾ ਵੀ ਉਹਨੂੰ ਮਾੜੇ ਟਾਈਮ ਦੇ ਵਿੱਚ ਕਿਹੜੇ ਕਿਹੜੇ ਮੇਰੇ ਨਾਲ ਖੜੇ ਸੀਗੇ ਬੈਂਕਾਂ ਨਾਲੋਂ ਜ਼ਿਆਦਾ ਉਹ ਭਰਾ ਜੋੜੇ ਹੋਏ ਸੀਗੇ ਓਕੇ ਹਾਂਜੀ ਹਾਂਜੀ ਪਰਸਨਲ ਲੈਵਲ ਤੇ ਵਿਆਜ ਚੱਲਦਾ ਸੀ ਮਤਲਬ ਹਾਂ ਬਿਲਕੁਲ ਬਿਲਕੁਲ ਨਹੀਂ ਵਿਆਜ ਨਹੀਂ ਉੱਥੇ ਭਰਾ ਸੀ ਉਹ ਜਿੰਦ ਜਾਨਵਰ ਨਾਲੇ ਸੀ ਜਿੱਥੇ ਪੈਸਾ ਛੋਟਾ ਪੈ ਜਾਂਦਾ ਸੀ ਕੀ ਬਾਤ ਹੈ ਕੀ ਬਾਤ ਠੰਡ ਤੋਂ ਬਚਣ ਲਈ ਭਾਜੀ ਇੱਕ ਵੈਸੇ ਹੀ ਕਿਸੇ ਨੇ ਗੱਲ ਫਲਾਈ ਹੋਈ ਆ ਵੀ ਠੰਡ ਤੋਂ ਬਚਣ ਲਈ ਤੁਸੀਂ ਗਰਮ ਪੇਜ ਬੜੇ ਲਾਈਕ ਕੀਤੇ ਹੋਏ ਆ ਉਹ ਨਹੀਂ ਨਹੀਂ ਭਾਈ ਇਹ ਫੇਕ ਆ ਸਾਰਾ ਕੁਝ ਆਪਾਂ ਆਪਣੀ ਪੇਜ ਉਸ ਨੂੰ ਮੈਂ ਧਿਆਨ ਨਾਲ ਨਹੀਂ ਵੇਖਦਾ ਮੈਂ ਕਿਸੇ ਦੇ ਕੀ ਲਾਈਕ ਕਰਨੇ ਆ ਭਾਈ ਤੁਸੀਂ ਇੰਨੀ ਸਟਰਗਲ ਕੀਤੀ ਆ ਵੀ ਤੁਸੀਂ ਲਿਫਟ ਵੀ ਨਹੀਂ ਸੀ ਮੰਗਦੇ ਲੋਕੀ ਅੰਦਾਜ਼ਾ ਲਾ ਲੈਂਦੇ ਸੀ ਤੇ ਮੋਟਰਸਾਈਕਲ ਆਪੇ ਰੋਕ ਲੈਂਦੇ ਸੀ ਹਾਂ ਹਾਂ ਰੋਕ ਲੈਂਦੇ ਸੀ ਉਹ ਪਿਆਰ ਦੀ ਗੱਲ ਸੀ ਤੇ ਨਾਲੇ ਅਗਲੇ ਨੂੰ ਇਹ ਸੀ ਵੀ ਸ਼ਹਿਰ ਤੱਕ ਜਾਂਦੇ ਆਂਦੇ ਦੋ ਗਾਣੇ ਸੁਣਾਂਗੇ ਤੇ ਮਗਰ ਬਿਠਾ ਕੇ ਲੁਟੇਰਾ ਗਾਣੇ ਵਿੱਚ ਕੁੜੀ ਨੂੰ ਚੁੱਕਣ ਵੇਲੇ ਤੁਹਾਡੇ ਚੁੱਕ ਪੈ ਗਈ ਸੀ ਨਾ ਨਾ ਮਤਲਬ ਇਹ ਨਹੀਂ ਤਾਂ ਕੁੜੀ 45 ਕਿਲੋ ਦੀ ਸੀਗੀ ਉਦੋਂ ਪਰ ਭਾਜੀ ਉਹ ਸੀਨ ਤੇ ਬੜਾ ਔਖਾ ਹੋ ਜਾਣਾ ਬਾਰ ਬਾਰ ਰੀਟੇਕ ਕਰਨੇ ਚੁੱਕਣਾ ਉਹਨੂੰ ਹਨਾ
ਨਹੀਂ ਨਹੀਂ ਮੇਰੇ ਲਈ ਕੋਈ ਔਖਾ ਨਹੀਂ ਸੀਗਾ ਕਰ ਲਿਆ ਸੀ ਦੋ ਕੁ ਵਾਰੀ ਜੀ ਸੈੱਟ ਆ ਗਿਆ ਸੀ ਬੋਰੀਆਂ ਬੋਰੀਆਂ ਆਟੇ ਦੀਆਂ ਚੁੱਕੀਆਂ ਹੁੰਦੀਆਂ ਆਪਾਂ ਪਿੰਡਾਂ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਪੀਣੇ ਪੂਣੇ ਸਭ ਆਪਾਂ ਨੇ ਢੋਏ ਹੋਏ ਨੇ ਫਿਰ ਬਿਲਕੁਲ ਉਹ ਤਾਂ ਆਪਣੇ ਲਈ ਛੋਟਾ ਜਿਹਾ ਰੋਲ ਸੀਗਾ ਤੇ ਭਾਜੀ ਮਤਲਬ ਇਹ ਕੁੜੀ ਨੂੰ ਚੁੱਕਣ ਵਾਲਾ ਆਈਡੀਆ ਕਿਦਾ ਸੀ ਵੈਸੇ ਉਹਦਾ ਵੀਡੀਓ ਉਹ ਬੀ ਟੂਗੈਦਰ ਦਾ ਸੀਗਾ ਆਪਾਂ ਤੁਹਾਨੂੰ ਪਤਾ ਇਹ ਜਿਹਾ ਕੰਮ ਕਰਨ ਵਾਲੇ ਹੈਗੇ ਆ ਸੋ ਉਹਨਾਂ ਨੇ ਭਰਾਵਾਂ ਨੇ ਕਨਸੈਪਟ ਦੇ ਅਕੋਰਡਿੰਗ ਜ਼ਰੂਰੀ ਬੀ ਟੂਗੈਦਰ ਵਾਲੇ ਚੁੱਕਣ ਚੁਕਾਉਣ ਦਾ ਕੰਮ ਕਰਦੇ ਆ ਹਾਂ ਮੈਂ ਇੰਟਰਵਿਊ ਚ ਬੋਲ ਰਿਹਾ ਨਹੀਂ ਹਰ ਇੱਕ ਗਾਣੇ ਦੀ ਇੱਕ ਡਿਮਾਂਡ ਹੁੰਦੀ ਆ ਦੁਬਾਰੇ ਝੂਠ ਬੋਲਦਾ ਕੀ ਹੁੰਦਾ ਬਾਈ ਸਾਡਾ ਬੜਾ ਹੀ ਘੈਂਟ ਸੈਗਮੈਂਟ ਆ ਸ਼ੋਅ ਦਾ ਹਾਂਜੀ ਲਾਸਟ ਟਾਈਮ ਕਿ ਲਾਸਟ ਟਾਈਮ ਤੁਸੀਂ ਆਹ ਚੀਜ਼ ਕਦੋਂ ਕੀਤੀ ਸੀ ਹਾਂਜੀ ਹਾਂਜੀ ਆਉਣ ਦਾ ਲਾਸਟ ਟਾਈਮ ਤੁਸੀਂ ਬਗਾਨਾ ਵਿਆਹ ਕਦੋਂ ਵੇਖਿਆ ਸੀ ਬਗਾਨਾ ਵਿਆਹ ਵੇਖਿਆ ਸੀਗਾ ਮੇਰੇ ਪਿੰਡੋਂ ਹੀ ਸੀਗਾ ਮੁੰਡਾ ਆਰਕੈਸਟਰਾ ਲੱਗੀਆਂ ਹੋਈਆਂ ਸੀ ਉੱਥੇ ਤੇ ਉਹ ਸਵਾਦ ਵਾਲੀ ਗੱਲ ਨੀ ਕੋਈ ਜਿਹੜੀ ਫੀਲਿੰਗ ਨਾਲ ਤੁਸੀਂ ਕਹਿ ਰਹੇ ਹੋ ਤੇ ਮੈਂ ਵੇਟ ਕਰਦਾ ਸੀ ਮੈਨੂੰ ਗਾਉਣ ਦਾ ਟਾਈਮ ਕਦੋਂ ਮਿਲੇ ਹਾਂ ਮੈਂ ਦੋ ਤਿੰਨ ਗਾਣੇ ਲਾਏ ਕਿਉਂਕਿ ਮੈਂ ਹਰ ਇੱਕ ਜਿੱਦਾਂ ਫਰੈਂਡ ਸਰਕਲ ਦੇ ਵਿੱਚ ਲੱਗਿਆ ਆਰਕੈਸਟਰਾ ਹੋਣਾ ਤੇ ਆਰਨੀਤ ਨੂੰ ਉੱਥੇ ਗਾਉਣ ਦਾ ਮੌਕਾ ਮਿਲੇ ਤਾਂ ਸਵਾਦ ਹੀ ਆ ਜਾਂਦਾ ਸੀਗਾ ਕੀ ਬਾਤ ਹੈ ਕੀ ਬਾਤ ਹੈ ਸੋ ਇਦਾਂ ਦੇ ਬਗਾਨੇ ਵਿਆਹ ਤੁਸੀਂ ਬਹੁਤ ਵੇਖੇ ਹੋਣੇ ਫਿਰ ਬਿਲਕੁਲ ਬਿਲਕੁਲ ਤੇ ਰਿਆਜ਼ ਕੀਤਾ ਇਦਾਂ ਦੇ ਬਗਾਨੇ ਵਿਆਹਾਂ ਦੇ ਬਹੁਤ ਹਾਂ ਰਿਆਜ਼ ਵੀ ਹੋਇਆ ਉਹ ਰਿਆਜ਼ ਸੀ ਮੇਰਾ ਉਹਨਾਂ ਦਿਨਾਂ ਦਾ ਲਾਸਟ ਟਾਈਮ ਏਟੀਐਮ ਚੋਂ 100 ਰੁਪਏ ਦਾ ਨੋਟ ਕਦੋਂ ਕਢਵਾਇਆ ਸੀ ਮੇਰੇ ਖਿਆਲ ਉਦੋਂ ਨਿਕਲਿਆ ਹੋਊਗਾ ਜਦੋਂ ਪਟਿਆਲਾ ਯੂਨੀਵਰਸਿਟੀ ਸਿੱਖਦੇ ਹੁੰਦੇ ਸੀਗੇ ਕਿਉਂਕਿ ਉਦੋਂ ਹੁਣ ਲਾ ਲਓ ਪਰੌਂਠੇ ਪਰੂਠੇ ਖਾਣੇ ਹੁੰਦੇ ਹਨਾ 100 ਰੁਪਈਆ ਕਿਹੜਾ ਮੇਰਾ ਗੱਲ ਇੱਕ ਦਿਨ ਚੱਲ ਜਾਂਦਾ ਸੀ ਪੂਰਾ ਸਵੇਰੇ ਤੇ ਸ਼ਾਮ ਦੀ ਉਸ ਤੋਂ ਬਾਅਦ ਤਾਂ ਹੁਣ ਤਾਂ ਚਲੋ ਬਾਬੇ ਦੀ ਕਿਰਪਾ ਹੁਣ ਮੈਨੂੰ ਇਹ ਨਹੀਂ ਪਤਾ ਵੀ ਏਟੀਐਮ ਮੇਰਾ ਹੈ ਕਿੱਥੇ ਆ ਪੈਸੇ ਕਿੱਥੋਂ ਆ ਰਹੇ ਆ ਕਿੱਥੇ ਜਾ ਰਹੇ ਆ ਕੁਛ ਕਾਰਡ ਦਾ ਕੋਈ ਪਤਾ ਨਹੀਂ ਇਹ ਪੈਸੇ ਪੁਆਇੰਟ ਦਾ ਤੁਸੀਂ ਹਿਸਾਬ ਕਿਤਾਬ ਰੱਖਦੇ ਭਾਈ ਥੋੜਾ ਬਹੁਤਾ ਕਿ ਨਹੀਂ ਵੈਸੇ ਨਹੀਂ ਵੀਰੇ ਜਿਹੜੀ ਚੀਜ਼ ਨਾਲ ਹੀ ਨਹੀਂ ਜਾਣੀ ਉਹਦਾ ਕੀ ਹਿਸਾਬ ਕਿਤਾਬ ਰੱਖਣਾ ਆਪਾਂ ਨੇ ਕਿਹੜਾ ਪੈਸੇ ਖਾਣੇ ਆ ਰੋਟੀ ਖਾਣੀ ਮੈਂ ਵੀ ਨਹੀਂ ਚੈਨਲ ਮੰਗੀ ਸੈਲਰੀ ਮੰਗੀ ਆਪਣੀ ਅੱਜ ਤੱਕ ਹਾਂ ਬਾ ਮੰਗਿਓ ਵੀ ਨਾ ਜਿਹੜੀ ਚੀਜ਼ ਨਾਲ ਹੀ ਨਹੀਂ ਜਾਣੀ ਉਧਰ ਰੋਟੀ ਪਾਣੀ ਦੇ ਜਾਓ ਟਾਈਮ ਤੇ ਹਾਂ ਹਾਂ ਲਾਸਟ ਟਾਈਮ ਤੋਤੇ ਮੂੰਹ ਦੇ ਥੱਪੜ ਕਦੋਂ ਮਾਰੇ ਸੀ ਉੱਤੇ ਮੂੰਹ ਤੇ ਥੱਪੜ ਤਾਂ ਉਦੋਂ ਮਾਰੇ ਸੀਗੇ ਜਦੋਂ ਐਂ ਲੱਗਦਾ ਸੀ ਵੀ ਸਟਰਗਲ ਕਰਦੇ ਕਰਦੇ ਵੀ ਨਾ ਰੁੱਲ ਜਾਈਏ ਹੁਣ ਤਾਂ ਵੀ ਕੁਛ ਕਰਨਾ ਪੈਣਾ ਤੇ ਬਸ ਥੱਪੜ ਦਾ ਮਤਲਬ ਇਹ ਨਹੀਂ ਵੀ ਉਹ ਰੀਲ ਦੇ ਥੱਪੜ ਮੈਂ ਇੱਕ ਉਹ ਗੱਲ ਕੀਤੀ ਸੀ ਵੀ ਕਾਮਯਾਬੀ ਨਾਲ ਥੱਪੜ ਮਾਰਨੇ ਠੀਕ ਆ ਉਦਾਂ ਦਾ ਆਪਣੇ 'ਚ ਕਿੱਥੇ ਹਿੰਮਤ ਆ ਕਿ ਤੁਹਾਨੂੰ ਲੱਗਦਾ ਮੈਂ ਕਿਤੇ ਥੱਪੜ ਮਾਰ ਦੂੰ ਬੜੇ 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 ਕਿਊਲ ਆ ਬਾਈ ਤੁਸੀਂ ਬੜਾ ਮਤਲਬ ਐਨ ਬੜੀ ਮਾਸੂਮ ਜੀ ਫੀਲਿੰਗ ਆ ਰਹੀ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਮਾਰ ਨਹੀਂ ਸਕਦੇ ਕਿਤੇ ਥੱਪੜ ਉਹਦਾ ਥੈਂਕ ਯੂ ਤੇ ਮੈਂ ਅੱਜ ਮੂੰਹ ਧੋ ਕੇ ਵੀ ਨਹੀਂ ਆਇਆ ਇਹਨਾਂ ਵੈਸੇ ਕਿਉਂਕਿ ਤੁਸੀਂ ਧੋਤੇ ਮੂੰਹ ਦੇ ਥੱਪੜ ਮਾਰ ਦਿੰਦੇ ਆ ਆਪਾਂ ਤੁਹਾਡੇ ਮਾਰਨਾ ਵੀ ਨਹੀਂ ਜੇ ਮਾਰਨਾ ਹੁੰਦਾ ਮੈਂ ਪਾਣੀ ਦੀ ਗੜ ਵੀ ਸਿਰਾਣੇ ਰੱਖਣੀ ਸੀ ਧੋ ਧੋ ਕੇ ਮਾਰਨੇ ਹੁੰਦੇ ਲਾਸਟ ਟਾਈਮ ਤੁਹਾਨੂੰ ਰਿਸ਼ਤਾ ਕਦੋਂ ਆਇਆ ਸੀ ਹਾਂ ਰਿਸ਼ਤੇ ਰਿਸ਼ਤੇ ਦਾ ਹਾਲੇ ਤੱਕ ਤਾਂ ਕੋਈ ਨਹੀਂ ਆਇਆ ਹੈਗਾ ਜਦੋਂ ਆ ਗਿਆ ਤੁਹਾਨੂੰ ਦੱਸਾਂਗਾ ਅਗਲੀ ਇੰਟਰਵਿਊ 'ਚ ਨਹੀਂ ਬਾਈ ਕੋਈ ਰਿਸ਼ਤਾ ਨਹੀਂ ਆਇਆ ਯਾਰ ਮੁੰਡਾ ਸਟਾਰ ਬਣ ਗਿਆ ਇੰਨੇ ਗਾਣੇ ਚੱਲ ਗਏ ਮੁੰਡਾ ਡਿਫਾਲਟਰ ਬਣ ਗਿਆ ਮੁੰਡਾ ਦੱਬਦਾ ਕਿੱਥੇ ਆ ਗਿਆ ਇਹੀ ਤਾਂ ਪੰਗਾ ਜੇ ਸਟਾਰ ਬਣ ਗਿਆ ਹਰੇਕ ਨੂੰ ਹੁਣ ਇਹ ਵਹਿਮ ਪੈ ਗਿਆ ਵੀ ਸਾਡੀ ਪਹੁੰਚ ਨਹੀਂ ਹੈਗਾ ਹੁਣ ਮੈਂ ਉਹਨਾਂ ਨੂੰ ਕੀ ਪਤਾ ਹੈ ਮੈਂ ਤਾਂ ਲੱਭਦਾ ਫਿਰਦਾ ਲਾਸਟ ਟਾਈਮ ਕਿਸੇ ਸਿੰਗਰ ਦੇ 500-700 million ਵਿਊਜ਼ 'ਤੇ ਸ਼ੱਕ ਕਦੋਂ ਕੀਤਾ ਸੀ ਸ਼ੱਕ ਤਾਂ ਹੋ ਹੀ ਜਾਂਦਾ ਜਦੋਂ ਐਂ ਹੁੰਦਾ ਯਾਰ ਵੀ ਇੰਨੀ ਤਾਂ ਦੁਨੀਆ ਹੈ ਨਹੀਂ ਵੀ ਜਿੰਨੇ ਮਿਲੀਅਨ ਹੋਈ ਜਾਂਦੇ ਨੇ ਹੈ ਨਾ ਸੋ ਮੈਂ ਮਿਲੀਅਨਾਂ ਦੇ ਵਿੱਚ ਨਹੀਂ ਵਿਸ਼ਵਾਸ ਰੱਖਦਾ ਅਤੇ ਆਪਾਂ ਇੱਥੇ ਵਿਸ਼ਵਾਸ ਰੱਖਦੇ ਵੀ ਲੋਕਾਂ ਦੇ ਦਿਲਾਂ 'ਚ ਕੌਣ ਵੱਸਦਾ ਕਿੰਨਾ ਜ਼ਿਆਦਾ ਵੱਸਦਾ ਅਤੇ ਕਿੰਨਾ ਪਿਆਰ ਵੀ ਗਰਾਊਂਡ ਲੈਵਲ 'ਤੇ ਆਪਾਂ ਨੂੰ ਕਿੰਨਾ ਕੁ ਪਿਆਰ ਮਿਲ ਰਿਹਾ ਉਹ ਤਾਂ ਟੈਕਨੀਕਲ ਚੀਜ਼ ਹੈ ਕੰਬਲ 'ਚ ਬੈਠੇ ਬੈਠੇ ਹੋ ਜਾਣਾ ਹੋ ਜਾਣਾ ਗਾਣਾ ਚੱਲੇ ਤਾਂ ਕਹਿੰਦੇ ਆਮ ਜਨਤਾ ਤਾਂ ਪਤਾ ਚੱਲਦਾ ਕਿਸੇ ਆਟੋ 'ਚ ਚੱਲ ਰਿਹਾ ਹੈ ਨਾ ਖੋਖਿਆਂ 'ਤੇ ਚੱਲ ਰਿਹਾ ਚਾਲਿਆਂ 'ਤੇ ਹਾਂ ਬਿਲਕੁਲ ਅਤੇ ਮੈਂ ਹੁਣ ਜਿੱਦਾਂ ਸ਼ੋਆਂ 'ਤੇ ਨਿਕਲਦੇ ਹਾਂ ਪਰਸੋਂ 'ਚ ਉੱਥੇ ਦੀ ਉਹ ਗੱਲ ਹਾਲੇ ਸੀ ਸ਼ੋਅ 'ਤੇ ਜਾ ਰਹੇ ਸੀਗੇ ਮਲੋਟ ਤੇ ਟੋਲ ਪਲਾਜ਼ੇ ਤੋਂ ਲੰਘੇ ਤੇ ਮੇਰੇ ਨਾਲ ਜਿਹੜਾ ਮੁੰਡਾ ਭਰਾ ਆਪਣਾ ਗੱਡੀ ਚਲਾਉਂਦਾ ਤੇ ਉਹ ਪੈਸੇ ਫੜਾਉਣ ਲੱਗਿਆ ਉਹਨੂੰ ਤੇ ਉਹ ਵੀਰੇ ਦੀ ਮੇਰੇ 'ਤੇ ਨਿਗਾਹ ਪੈ ਗਈ ਉਹਨੇ ਸੌ ਕਹਿੰਦਾ ਲੈ ਫੜੋ ਭਰਾ ਵਗਦਾ ਤੂੰ ਪਾਪ ਕਰਾਤਾ ਸੀਗਾ ਉਹ ਇੱਕ ਸਕੂਨ ਸੀ ਮੇਰਾ ਮੈਨੂੰ ਹਾਂ ਮੈਨੂੰ ਇਹ ਵੀ ਯਾਰ ਉਹਨੇ ਜਦੋਂ ਇਹ ਬਾਰਡਿੰਗ ਕਹੀ ਪਾਪ ਕਰਾਤਾ ਸੀ ਤੇ ਮੈਨੂੰ ਆਪਣੇ ਆਪ 'ਚ ਇੱਕ ਫੀਲ ਹੋਇਆ ਵੀ ਆਪਣੀ ਕਿੰਨੀ ਵੱਡੀ ਉਹਦੇ ਮਾਇੰਡ ਦੇ ਵਿੱਚ ਇੱਕ ਦਿਲ ਦੇ ਵਿੱਚ ਇੱਕ ਇਮੇਜ ਬਣੀ ਹੋ ਗਈ ਰਿਸਪੈਕਟ ਹੋ ਗਈ ਮੈਨੂੰ ਖੁਸ਼ੀ ਮਿਲੀ ਉਹ ਚੀਜ਼ ਤੋਂ ਕੀ ਬਾਤ ਲਾਸਟ ਟਾਈਮ ਕਿਸੇ ਨੇ ਕੌਫੀ ਕਦੋਂ ਪੁੱਛੀ ਸੀ ਕੌਫੀ ਤਾਂ ਹੁਣ ਤੁਸੀਂ ਵੀ ਨਹੀਂ ਪੁੱਛੀ ਹੁਣ ਇਹ ਵੀ ਯਾਦ ਆ ਗਿਆ ਮੈਨੂੰ ਕੌਫੀ ਪਿਲਾ ਦਿਓ ਤੇ ਕੌਫੀ ਤਾਂ ਬਸ ਜਦੋਂ ਜਾਈਦਾ ਸਾਰੀ ਪੁੱਛੀ ਲੈਂਦੇ ਭਾਈ ਕੌਫੀ ਨਹੀਂ ਪਿਉਣੀ ਤੁਹਾਨੂੰ ਕਿਉਂਕਿ ਕੌਫੀ ਤਾਂ ਤੁਸੀਂ ਡਾਊਟ ਕਰਦੇ ਨਹੀਂ ਨਹੀਂ ਮੈਂ ਤੁਹਾਡੇ ਵਾਲੀ ਤਾਂ ਡਾਊਟ ਕਰਨਾ ਹੈਗਾ ਮੈਨੂੰ ਤੁਹਾਨੂੰ ਪਤਾ ਵੀ ਤੁਸੀਂ ਨਾਈਨ ਐਕਸਟ੍ਰੈਸ਼ਨ ਵਾਲੇ ਇਮਾਨਦਾਰ ਬੰਦੇ ਆ ਆਪਾਂ ਤੁਹਾਡੇ ਵਾਸਤੇ ਕੁਝ ਖਾਸ ਕਮੈਂਟਸ ਕੱਢੇ ਆ ਸੈਗਮੈਂਟ ਦਾ ਨਾਮ ਹੈ ਕਮੈਂਟਰੀ ਹਾਂਜੀ ਆਉਣ ਦੀ ਹਾਂਜੀ ਬਿਲਕੁਲ ਉਹਨਾਂ ਦੇ ਲਾਈਵ ਰਿਪਲਾਈਜ਼ ਕਰਨੇ ਆ ਤੁਸੀਂ ਡਿਫਾਲਟਰ ਦੀਪੂ ਨੇਤਰਾਮ ਦੀ ਡਾਈ ਹਾਰਡ ਫੈਨ ਇਹ ਪੁੱਛ ਰਹੀ ਆ ਵੀ ਤੁਹਾਡੀ ਮਿਸਿਸ ਬਣਨ ਲਈ ਮਾਰਕੀਟ 'ਚ ਕਿੰਨੇ ਕੁ ਗਾਣੇ ਆਏ ਹੋਣੇ ਜ਼ਰੂਰੀ ਆ ਇਹਨਾਂ ਨੂੰ ਕਹੋ ਵੀ ਗਾਣੇ ਵਾਲੇ ਲੈਵਲ ਤੱਕ ਨਹੀਂ ਗੱਲ ਬਣਨੀ ਮੂਵੀਆਂ ਦੀ ਵੇਟ ਕਰੋ ਫਿਰ
ਇੱਕ ਤਾਂ ਲਿਰਿਸਿਸਟ ਬੰਦੇ ਨਾਲ, ਰਾਈਟਰ ਬੰਦੇ ਨਾਲ, ਗੀਤਕਾਰ ਬੰਦੇ ਨਾਲ ਇੰਟਰਵਿਊ ਕਰਨ ਦਾ ਸਭ ਤੋਂ ਮਤਲਬ ਘੈਂਟ ਮਜ਼ਾ ਇਸੇ ਚੀਜ਼ ਦਾ ਹੁੰਦਾ ਵੀ ਅੱਗੋਂ ਜਵਾਬ ਵੀ ਉਦਾਂ ਦੇ ਪਤਾ ਨਹੀਂ ਤੁਸੀਂ ਸਵਾਲ ਹੀ ਇੱਦਾਂ ਦੇ ਕਰੀ ਜਾਂਦੇ, ਮੈਨੂੰ ਇਹ ਲੱਗਦਾ ਵੀ ਜਵਾਬ ਪਹਿਲਾਂ ਹੀ ਪਏ ਆ ਮੇਰੇ ਕੋਲੇ। ਸਟਰਗਲਰ ਸੋਨੂ ਇਹ ਪੁੱਛ ਰਿਹਾ ਵੀ ਮੈਂ ਵੀ ਲਿਰਿਸਿਸਟ ਹਾਂ, ਮੇਰਾ ਇੱਕ ਗਾਣਾ ਆ ਪੈਂਦੀਆਂ 'ਚ ਪਾਟੀਆਂ ਕਮੀਜ਼ਾਂ ਬੱਲੀਏ, ਤੁਹਾਨੂੰ ਸੋਚ ਕੇ ਲਿਖਿਆ, ਤੁਸੀਂ ਗਾਓਗੇ? ਇਹ ਤਾਂ ਸਟਰਗਲ ਟਾਈਮ ਤਾਂ ਗਾ ਲੈਂਦੇ ਵੀਰੇ, ਹੁਣ ਮਾੜਾ ਇਹਨੂੰ ਕੋਈ ਥੋੜ੍ਹਾ ਸੁਧਾਰ ਜਿਹਾ ਕਰ ਲਵੇ ਯਾਰ, ਮਸਾਂ ਤਾਂ ਉੱਠੇ ਆ ਹੁਣ ਅਤੇ ਗਾ ਲਵਾਂ, ਕੋਈ ਚੱਕਰ ਨਹੀਂ, ਜਿਹੜੇ ਭਰਾ ਸਟਰਗਲ ਕਰਦੇ ਉਹਨਾਂ ਦਾ ਮੈਂ ਦਿਲੋਂ ਰਿਸਪੈਕਟ ਕਰਦਾ ਜਾਂ। ਕਿਆ ਬਾਤ ਹੈ ਭਾਜੀ, ਦੱਬ ਦਾ ਸੰਧੂ, ਹਾਂਜੀ ਇਹ ਤੁਹਾਨੂੰ ਪੁੱਛ ਰਿਹਾ ਵੀ ਜੇ ਤੁਹਾਨੂੰ ਕੋਈ ਕਵੇ ਕਿ ਦੱਬ ਦਾ ਕਿੱਥੇ ਆ, ਤੁਸੀਂ ਮੇਰਾ ਐਡਰੈਸ ਦੇ ਦਿਓ, ਮੈਂ ਆਪਣਾ ਨਾਮ ਹੀ ਦੱਬ ਦਾ ਰੱਖ ਲਿਆ। ਠੀਕ ਹੈ, ਦਿਲੋਂ ਥੈਂਕਸ ਵੀਰੇ ਦਾ, ਅਤੇ ਆਪਣੇ ਗਾਣੇ ਦਾ ਨਾਮ ਰੱਖਿਆ ਉਹਨੇ ਆਪਣੇ, ਹੈ ਨਾ, ਅਤੇ ਬਾਕੀ ਕੋਈ ਗੱਲ ਨਹੀਂ, ਐਡਰੈਸ ਦੇ ਦਾਂਗੇ, ਅਤੇ ਵੀਰੇ ਨੂੰ ਇਹ ਵੀ ਰਿਕੁਐਸਟ ਕਰਦਾ ਵੀ ਦੱਬਣ ਦੀ ਕੋਈ ਲੋੜ ਨਹੀਂ, ਦਵੇ ਹੋਏ ਬੰਦੇ ਹਮੇਸ਼ਾ ਦਵੇ ਰਹਿ ਜਾਂਦੇ ਆ, ਅਤੇ ਕੰਮ ਖਿੱਚ ਕੇ ਰੱਖੋ। ਕਿਆ ਬਾਤ ਹੈ ਭਾਈ, ਉੱਦਾਂ ਵੈਸੇ ਤੁਹਾਨੂੰ ਕਿੰਨੇ ਕਿੰਨੇ ਦੱਬਣ ਦੀ ਕੋਸ਼ਿਸ਼ ਕੀਤੀ? ਭਾਅ ਜੀ ਨਾਮ ਲੈਣਾ ਜ਼ਰੂਰੀ ਹੈ, ਤੁਸੀਂ ਮੈਨੂੰ ਮਰਵਾਓਗੇ ਯਾਰ। ਨਾਮ ਨਹੀਂ ਲੈਣੇ ਭਾਈ, ਨਾਮ ਨਹੀਂ ਲੈਣੇ, ਵੈਸੇ ਮੈਂ ਪੁੱਛ ਰਿਹਾ। ਦੱਬਣ ਵਾਲਾ ਕੌਣ? ਦੇਖੋ ਪਰਮਾਤਮਾ ਤਾਂ ਕਿਸੇ ਨੂੰ ਦੱਬਦਾ ਨਹੀਂ ਹੁੰਦਾ ਜੀ, ਇੱਥੇ ਇੱਕ ਪੁੱਠੀ ਰੀਤ ਚੱਲੀ ਹੋਈ, ਬੰਦੇ ਨੂੰ ਬੰਦੇ ਹੀ ਦੱਬਣ ਵਾਲੇ ਮਿਲਦੇ ਆ, ਹੈ ਨਾ, ਅਤੇ ਇਹ ਇੱਕ ਗੱਲ ਕਲੀਅਰ ਹੋਈ ਹੈ ਜਿੰਨਾ ਕੁ ਮੇਰਾ ਲਾਈਫ ਦਾ ਐਕਸਪੀਰੀਅੰਸ ਹੈ ਜੀ। ਠੀਕ ਹੈ, ਜਦੋਂ ਤੱਕ ਵਾਹਿਗੁਰੂ ਪਰਮਾਤਮਾ ਬੰਦੇ ਦੇ ਨਾਲ ਆ ਤਾਂ ਬੰਦੇ ਦੀ ਕੋਈ ਹਿੰਮਤ ਨਹੀਂ ਵੀ ਬੰਦਾ ਬੰਦੇ ਨੂੰ ਦੱਬ ਲਓ। ਕਿਆ ਬਾਤ ਹੈ, ਕਿਆ ਬਾਤ ਹੈ। ਔਰ ਭਾਈ ਵੈਸੇ ਸਾਡਾ ਇੰਟਰਵਿਊ ਇਦਾਂ ਦਾ ਹੈ ਨਹੀਂ, ਅਸੀਂ ਕੰਟਰੋਵਰਸੀ ਦਿਲ ਤੇ ਹੱਥ ਰੱਖ ਕੇ ਦੱਸ, ਮੈਂ ਗੱਲਾਂ ਵਧੀਆ ਕਰ ਰਿਹਾ ਭਾਈ, ਬਹੁਤ ਮਤਲਬ ਥੈਂਕ ਯੂ, ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਪਰ ਦਿਲੋਂ ਗੱਲਾਂ, ਮਤਲਬ ਸ਼ੋਅ ਦਾ ਨਾਮ ਵੀ ਦਿਲ ਦੀ ਗੱਲ ਵੇ ਦੀ ਜੰਗ ਵੀਰ, ਪਰ ਸੱਚੀ ਦਿਲੋਂ ਗੱਲਾਂ ਨਿਕਲੀਆਂ। ਬਸ ਭਰਾ ਬਣ ਕੇ ਦਿਲੋਂ ਹੀ ਰਿਪਲਾਈ ਕਰੀ ਤੇ ਦਿਮਾਗ ਤੋਂ ਕਰੀ ਜਾਵੇ ਵੀ ਅਸੈਪਟ ਕਰਨੀ ਪੈਣੀ। ਲਾਡੀ ਦੀ ਲਾਡੋ ਇਹ ਕਹਿ ਰਹੀ ਹੈ ਕਿ ਮੇਰੇ ਲਾਡੀ ਨੂੰ ਤੁਹਾਡੀ ਉਹ ਲਾਈਨ ਬਹੁਤ ਪਸੰਦ ਆ, ਗੱਭਰੂ ਦੀ ਪਕੜ ਪਲਾਸ ਵਰਗੀ, ਜਿੱਦਣ ਦੀ ਲਾਈਨ ਆਈ ਆ ਮੈਨੂੰ ਜੱਫੀ ਪਾ ਕੇ ਬੈਠਾ ਛੱਡਣ ਨੇ ਡਿਆ। ਉਹਨੂੰ ਕੋਈ ਪਲਾਸ ਦੇ ਨੱਟ ਢਿੱਲੇ ਕਰ ਦੇਵੇ ਥੋੜ੍ਹੇ ਜਿਹੇ ਫਿਰ ਛੱਡ ਦੇਣਾ। ਸੋ ਥੈਂਕ ਯੂ, ਅਤੇ ਇਹ ਮੈਨੂੰ ਵੀ ਮੇਰੀ ਫੇਵਰੇਟ ਲਾਈਨ ਆ, ਅਤੇ ਮੈਨੂੰ ਬੜਿਆਂ ਨੇ ਸਵਾਲ ਕੀਤੇ ਵੀ ਯਾਰ ਇਹ ਲਾਈਨ ਤੇਰੇ ਵੀ ਮਾਇੰਡ 'ਚ ਕਿੱਦਾਂ ਆਈ? ਕਿੱਥੋਂ ਆਈ ਲਾਈਨ? ਮੈਂ ਵੀ ਉਹੀ ਪੁੱਛਣਾ ਚਾਹੁੰਦਾ। ਉਹ ਇੱਕ ਇੱਦਾਂ ਹੁੰਦਾ ਵੀ ਜਿਹਨੂੰ ਕੋਈ ਇਲੈਕਟ੍ਰੀਸ਼ਨ ਦਾ ਕੰਮ ਕਰਦੇ? ਨਹੀਂ ਨਹੀਂ, ਇਲੈਕਟ੍ਰੀਸ਼ਨ ਦਾ ਕੰਮ ਤਾਂ ਨਹੀਂ ਕਰਦੇ, ਇੱਕ ਫੀਲ ਸੀਗਾ ਜਿਹੜਾ ਬੰਦਾ ਕਿਸੇ ਦੀ ਦਿਲੋਂ ਰਿਸਪੈਕਟ ਕਰਦਾ, ਦਿਲੋਂ ਉਹਨੂੰ ਲਾਈਕ ਕਰਦਾ, ਹੈ ਨਾ, ਵੀ ਜਿਹੜਾ ਬੰਦਾ ਉਹ ਤੋਂ ਵਿਛੜਨ ਤੋਂ ਡਰਦਾ ਹੁੰਦਾ ਵੀ ਮੈਂ ਤੋਂ ਟੁੱਟ ਨਾ ਜਾਵੇ, ਹੈ ਨਾ, ਤਾਂ ਮੈਂ ਲੱਗਿਆ ਯਾਰ ਵੀ ਉਹਦੀ ਪਕੜ ਵੀ ਇੱਦਾਂ ਦੀ ਹੋਣੀ ਚਾਹੀਦੀ ਆ ਵੀ ਨਹੀਂ ਯਾਰ ਹੱਥੋਂ ਨਹੀਂ ਜਾਣਾ ਚਾਹੀਦਾ, ਹੈ ਨਾ। ਸੋ ਉਦੋਂ ਇਹ ਲਾਈਨ ਲਿਖੀ ਸੀ, ਮੈਨੂੰ ਇੱਦਾਂ ਲੱਗੀ ਜਾਂਦਾ ਕਿਤੇ ਨਾ ਕਿਤੇ ਤੁਸੀਂ ਬਿਜਲੀ ਬੋਰਡ 'ਚ ਵੀ ਟਰਾਈ ਕੀਤਾ। ਨਹੀਂ ਨਹੀਂ ਨਹੀਂ, ਪਰ ਡੈੱਕ ਵਾਲੇ ਗਾਣੇ 'ਚ ਜ਼ਰੂਰ ਡੈੱਕਾਂ ਦਾ ਕੰਮ ਕੀਤਾ। ਡੈੱਕ ਵਾਲਾ ਗਾਣਾ ਭਾਅ ਜੀ, ਕਿਆ ਬਾਤ ਹੈ, ਉਹਦੀ ਵੀ ਗੱਲ ਕਰਦੇ ਹਾਂ, ਪਰ ਪਹਿਲਾਂ ਤੁਸੀਂ ਇਹਨਾਂ ਦਾ ਰਿਪਲਾਈ ਕਰੋ। ਹਾਂਜੀ ਹਾਂਜੀ ਭਾਅ ਜੀ, ਕਿਆ ਨਾਮ ਰੱਖਿਆ ਕੁੜੀ ਨੇ? ਰੋਜ਼ੀ ਰੋਜ਼ਗਾਰ ਵਾਲੀ। ਇਹ ਤੁਹਾਨੂੰ ਪੁੱਛ ਰਹੀ ਹੈ ਵੀ ਆਰ ਨੇ ਤੁਸੀਂ ਕਿਸੇ ਗਾਣੇ 'ਚ ਕਿਹਾ ਸੀ ਕਿ ਤੁਹਾਨੂੰ ਨੌਕਰੀ ਨਹੀਂ ਮਿਲੀ, ਸੀ ਵੀ ਭੇਜੋ ਮੈਂ ਟਰਾਈ ਕਰਦੀ ਹਾਂ। ਕਿਆ ਬਾਤ ਹੈ, ਹੁਣ ਉਹਨਾਂ ਨੂੰ ਕਹੋ ਵੀ ਹੁਣ ਕੰਮ ਥੋੜ੍ਹਾ ਜਿਹਾ ਰੁੜ ਪਿਆ ਵੀ ਜਦੋਂ ਮੈਨੂੰ ਲੋੜ ਸੀ ਵੀ ਤੁਸੀਂ ਨਹੀਂ ਮਿਲੇ ਹੈਗੇ, ਹੈ ਨਾ, ਅਤੇ ਇਹ ਔਫਰ ਉਸ ਤੋਂ ਬਾਅਦ ਹੀ ਆਉਂਦੇ ਹੁੰਦੇ ਜਦੋਂ ਬੰਦੇ ਦਾ ਸਰ ਜਾਂਦਾ। ਭਾਈ ਨੌਕਰੀਆਂ ਲਈ ਕਿੱਥੇ ਕਿੱਥੇ ਟਰਾਈ ਕੀਤਾ ਉਹਦਾ? ਨੌਕਰੀਆਂ ਲਈ ਭਰਾਵਾ ਜਿੰਨਾ ਕੁ ਆਪਣੇ ਕੁਆਲੀਫਿਕੇਸ਼ਨ ਮੇਰੀ ਹੈਗੀ ਸੀ, ਆਪਾਂ ਨੇ ਜਿੱਥੋਂ ਤੱਕ ਹੋਇਆ, ਹੈ ਨਾ, ਅਤੇ ਹੁਣ ਪਲੱਸ ਟੂ ਬਾਅਦ ਨੂੰ ਡੀ ਸੀ ਕੌਣ ਰੱਖਦਾ ਯਾਰ, ਸਿੱਧੀ ਜਿਹੀ ਗੱਲ ਹੁਣ ਇਹ ਵੀ ਮੈਂ ਤੁਹਾਡੇ ਇੰਟਰਵਿਊ 'ਤੇ ਬੋਲਦਾ, ਅਤੇ ਮੈਂ BA ਸੈਕਿੰਡ ਦੇ ਵਿੱਚ ਹੀ ਦਮ ਤੋੜ ਗਿਆ ਸੀਗਾ, ਸਟੱਡੀ ਛੱਡਤੀ ਸੀਗੀ, ਅਤੇ ਇਹ ਜ਼ਰੂਰੀ ਨਹੀਂ ਮੈਂ ਆਪਣੀ ਫੀਲਿੰਗ ਲਿਖੀ ਸੀ ਵੀ ਰੁਜ਼ਗਾਰ ਨਹੀਂ ਮਿਲਦਾ, ਹੈ ਨਾ, ਕਿਉਂਕਿ ਬਥੇਰੇ ਮੈਂ PhD ਵਾਲੇ, MA ਵਾਲੇ ਬਥੇਰੇ ਵਿਚਾਰੇ ਬੇਰੁਜ਼ਗਾਰ ਬੈਠੇ ਵੇਖ ਕੇ, ਜ਼ਰੂਰੀ ਨਹੀਂ ਵੀ ਹਰ ਇੱਕ ਰਾਈਟਰ ਆਪਣੀ ਆਪ ਬੀਤੀ ਲਿਖਦਾ ਹੁੰਦਾ, ਲੋਕਾਂ ਨੂੰ ਵੀ ਵੇਖ ਕੇ ਲਿਖ ਸਕਦਾ। ਭਾਈ ਉੱਦਾਂ ਕਿਹੜੀਆਂ ਕਿਹੜੀਆਂ ਨੌਕਰੀਆਂ ਕੀਤੀਆਂ, ਕੋਈ ਇੱਕ ਦੀ ਨੌਕਰੀ ਯਾਦ ਹੋਵੇ? ਹਾਂ ਨੌਕਰੀ ਇੱਕ ਤਾਂ ਮੈਂ ਕਦੇ ਵੀ ਨਹੀਂ ਭੁੱਲ ਸਕਦਾ, ਗੋਦਰੇਜ ਤਾਂ ਤੁਹਾਨੂੰ ਪਤਾ ਹੀ ਹੋਊਗਾ, ਸਾਰੇ ਜਾਣਦੇ ਆ, ਜਿੱਥੇ ਫਰਿੱਜ LEDਾਂ ਵਗੈਰਾ ਬਣਦੀਆਂ, ਹਾਂ, ਅਤੇ ਉੱਥੇ ਮੈਂ ਇੱਕ ਦਿਨ ਲਈ ਜੋਬ ਕਰਨ ਗਿਆ ਸੀਗਾ, ਇੱਕ ਦਿਨ ਲਈ ਉਹ ਗਿਆ ਸੀਗਾ, ਉਸ ਤੋਂ ਬਾਅਦ ਮੈਂ ਤੋਂ ਕੰਮ ਹੋਇਆ ਨਹੀਂ, ਉਹ ਫਿਰ ਮੈਂ ਵਿਚਾਲੇ ਛੱਡ ਕੇ ਭੱਜਿਆ, ਉਹ ਮੈਂ ਤੁਹਾਨੂੰ ਦੱਸਦਾ ਸਟੋਰੀ, ਉੱਥੇ ਫਰਿੱਜ ਬਣਦੇ ਸੀ, ਇੱਕ ਚੈਨ ਚੱਲਦੀ ਹੁੰਦੀ ਹੈ, ਹੈ ਨਾ, ਵੀ ਜਿਹੜੇ ਬੰਦੇ ਦੀ ਇੱਕ ਕੰਮ 'ਤੇ ਡਿਊਟੀ ਹੈ ਅਤੇ ਮੇਰੀ ਡਿਊਟੀ ਸੀ ਵੀ ਉਹਦੇ 'ਤੇ ਇੱਕ ਗੁੱਦ ਜਿਹੀ ਚਪਕੇਣੀ ਹੁੰਦੀ ਆ, ਹੈ ਨਾ, ਐਂ ਕਰਕੇ ਦਿਮਾਗ 'ਚ ਦੱਬਦਾ ਕਿਤੇ? ਨਹੀਂ ਨਹੀਂ, ਦੱਬਦਾ ਕਿਤੇ ਬਹੁਤ ਬਾਅਦ 'ਚ ਲਿਖਿਆ, ਅਤੇ ਉਸ ਤੋਂ ਬਾਅਦ ਮੈਂ ਜਦੋਂ ਉਹਦੇ ਨੇ ਲਾਉਣੀ ਸੀ, ਮੈਥੋਂ ਲੱਗਿਆ ਨਾ ਕਰੇ ਫਰਿੱਜ ਅੱਗੇ ਲੰਘ ਜਾ ਕਰੇ, ਮੈਂ ਫਿਰ ਪਿੱਛੇ ਜਾਇਆ ਕਰਾਂ, ਅਤੇ ਉੱਥੇ ਮੇਰੇ ਨਾਲ ਜਿਹੜੇ ਹੋਰ ਕੰਮ ਕਰਦੇ ਸੀਗੇ ਉਸ ਦਿਨ ਬਿਹਾਰ ਤੋਂ ਸੀਗੇ ਸਾਰੇ, ਉਹ ਭਰਾ ਆਪਣੇ ਲਾ ਲਓ, ਹੈ ਨਾ, ਭਰਾਈ ਨੇ, ਅਤੇ ਮੈਨੂੰ ਕਹਿੰਦਾ ਐਸੇ ਨਹੀਂ ਕੰਮ ਚੱਲੇਗਾ ਜੈਸੇ ਤੂੰ ਕਰ ਰਿਹਾ ਹੈ, ਆਧੇ ਘੰਟੇ ਮੈਂ ਲਗਾਤਾ ਇੱਕ ਪੀਸ, ਹੈ ਨਾ, ਮੈਂ ਕਿਹਾ ਮਹਾ ਯਾਰ ਵੀਰੇ ਮਹਾ ਮੈਂ ਨਵਾਂ ਨਵਾਂ ਆਇਆ ਯਾਰ ਸਿੱਖ ਜੂ ਹਾਂ, ਤੁਸੀਂ ਕਿਹੜਾ ਪਹਿਲੇ ਤਾਂ ਨਹੀਂ ਸਿੱਖ ਗਏ ਸੀਗੇ? ਕਹਿੰਦਾ ਐਸੇ ਨਹੀਂ ਚੱਲੇਗਾ, ਮੈਂ ਫਿਰ ਯਾਰ ਕੋਸ਼ਿਸ਼ ਕੀਤੀ, ਮੈਂ ਯਾਰ ਇਹਨਾਂ ਦੇ ਨਾਲ ਰਲਣ ਦੀ ਕੋਸ਼ਿਸ਼ ਕਰਾਂ, ਪਰ ਨਹੀਂ ਗੱਲ ਬਣੀ, ਉਸ ਤੋਂ ਬਾਅਦ 2 ਮਿੰਟਾਂ ਬਾਅਦ ਹੀ ਟੀ ਬ੍ਰੇਕ ਹੋ ਗਈ, ਸਾਰੇ ਇੱਕਦਮ ਭੱਜ ਗਏ, ਮੈਂ ਉੱਥੇ ਇਕੱਲਾ ਹੀ ਖੜਾ ਰਿਹਾ, ਮੈਂ ਦੇਖਿਆ ਬੰਦੇ ਕਿੱਧਰ ਗਏ, ਹੈ ਨਾ, ਅਤੇ ਫਿਰ ਮੈਂ ਚਾਹ ਉਹ ਗਲਾਸਾਂ 'ਚ ਪਾਈ ਖੜੇ, ਮੈਂ ਭੱਜਿਆ, ਫਿਰ ਜਦੋਂ ਮੈਨੂੰ ਇਹ ਸੀ ਜਿਵੇਂ ਆਪਾਂ ਕਿਸੇ ਲੰਗਰ 'ਤੇ ਜਾਂਦੇ ਹਾਂ ਵੀ ਉੱਥੇ ਕਿਤੇ ਬਰਤਨਾਂ ਦੇ, ਹੈ ਨਾ, ਵੀ
ਜ਼ਰੂਰੀ ਨਹੀਂ ਹੁੰਦਾ ਵੀ ਮੂੰਹ ਦੇ ਆਪਣੇ ਕੋਲ ਵੀ 8-10 ਮੂੰਹ ਪਏ ਹੁੰਦੇ ਆ ਵੀ ਹੁਣ ਆਪਾਂ ਮੂੰਹ ਨੱਟ ਖੋਲ ਕੇ ਦੂਜਾ ਕੱਸ ਲਈਏ। ਤੇ ਮੂੰਹ ਦੀ ਗੱਲ ਇਹ ਹੁੰਦੀ ਹੈ ਵੀ ਜਦੋਂ ਆਪਾਂ ਆਪਣੇ ਪਿੰਡ ਤੋਂ ਆਪਣੇ ਘਰ ਤੋਂ ਕਿਸੇ ਕੰਮ ਨੂੰ ਕਰਨ ਲਈ ਨਿਕਲਦੇ ਹੁੰਦੇ ਆ ਉਦੋਂ ਆਪਣਾ ਕੁਛ ਚਿਹਰਾ ਹੋਰ ਹੁੰਦਾ, ਕਿਉਂਕਿ ਉਦੋਂ ਆਪਾਂ ਕੁਛ ਕਲੈਕਟ ਕਰਨ ਲਈ ਜਾ ਰਹੇ ਹੁੰਦੇ ਆ, ਮਿਹਨਤ ਕਰਕੇ ਕੁਛ ਬਣ ਕੇ ਆਉਣਾ ਹਨਾ। ਤੇ ਜਦੋਂ ਬੰਦਾ ਲੌਂਗ ਟਾਈਮ ਲਈ ਆਪਣਾ ਪਿੰਡ ਤੇ ਆਪਣਾ ਘਰ ਬਾਹਰ ਛੱਡ ਕੇ ਬਾਹਰ ਰਹੇ ਤੇ ਉਹਨੂੰ ਸਕਸੈਸ ਕਿਤੇ ਨਜ਼ਰ ਨਾ ਆਵੇ ਤਾਂ ਬੰਦਾ ਕਹੂਗਾ ਯਾਰ ਵੀ ਮੈਂ ਹੁਣ ਕਿਵੇਂ ਮੂੰਹ ਵਿਖਾਉਂ ਯਾਰ, ਇਹ ਉਹ ਵਾਲਾ ਮੂੰਹ ਆ, ਇਹ ਉਹ ਵਾਲਾ ਮੂੰਹ ਆ, ਨਾ ਕਿ ਚੇਂਜ ਸਲਾਂ। ਬੱਬੂ ਮਾਨ ਸਾਹਿਬ ਦਾ ਜਿਹੜਾ ਗਾਣਾ ਤੁਸੀਂ ਗਾ ਰਹੇ ਹੋ, ਹਾਂਜੀ ਹਾਂਜੀ ਓਏ ਭਾਜੀ, ਉਹਦੀ ਬਹੁਤ ਜ਼ਿਆਦਾ ਵੇਟ ਆ, ਉਹਦੇ ਬਾਰੇ ਦੱਸੋ ਕੁਛ। ਉਹਦੇ ਬਾਰੇ ਮੇਰੇ ਲਈ ਉਸ ਦਿਨ ਬੜੀ ਖੁਸ਼ੀ ਦੀ ਗੱਲ ਸੀ, ਮੈਂ ਥੈਂਕਸ ਕਰਦਾ ਅੱਜ ਵੀ ਸ਼ਿਪਰਾ ਗੋਲ ਮੈਮ ਦਾ। ਅਤੇ ਮੈਂ ਇੱਦਾਂ ਪਾਰਕ ਦੇ ਵਿੱਚ ਗੇੜੇ ਦੇ ਰਿਹਾ ਸੀਗਾ, ਸ਼ਾਮ ਜੀ ਦਾ ਟਾਈਮ ਸੀਗਾ, ਅਤੇ ਮੈਨੂੰ ਸਨੈਪਚੈਟ ਦੇ ਉੱਤੇ ਤਾਂ ਮੈਸੇਜ ਆਇਆ ਕਹਿੰਦੇ ਤੁਹਾਡੇ ਨਾਲ ਮਾਨ ਸਾਹਿਬ ਨੇ ਗੱਲ ਕਰਨੀ ਆ। ਫਿਰ ਮੈਨੂੰ ਨਾ ਯਕੀਨ ਨਹੀਂ ਆਇਆ, ਮਹਾਂ ਯਾਰ ਹੋ ਸਕਦਾ ਵੀ ਇਹ ਜਿਹੜੇ ਸਨੈਪਚੈਟ ਤੋਂ ਮੈਸੇਜ ਆਇਆ ਵੀ ਇਹ ਫੇਕ ਅਕਾਊਂਟ ਬਣਿਆ ਹੋ ਸਕਦਾ ਸ਼ਿਪਰਾ ਦਾ। ਫਿਰ ਮੈਂ ਸਰਚ ਮਾਰਿਆ, ਫਿਰ ਮੈਂ ਸੱਚੀ ਉਹਨਾਂ ਦੀਆਂ ਤਸਵੀਰਾਂ ਮਾਨ ਸਾਹਿਬ ਨਾਲ ਵੇਖੀਆਂ, ਅਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਨੰਬਰ ਉੱਥੋਂ ਭੇਜਿਆ ਅਤੇ ਮੈਨੂੰ ਕਾਲ ਆਈ ਸ਼ਿਪਰਾ ਮੈਮ ਦੀ। ਫਿਰ ਉਹਨਾਂ ਨੇ ਜਦੋਂ ਮਾਨ ਸਾਹਿਬ ਨਾਲ ਮੇਰੀ ਗੱਲ ਕਰਾਈ ਅਤੇ ਉਦੋਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ, ਅਤੇ ਮੈਨੂੰ ਹੱਲਾਸ਼ੇਰੀ ਦਿੱਤੀ, ਕਹਿੰਦੇ ਵੀ ਤੂੰ ਅਸਲੀ ਗਵਾਈ ਆ। ਅਤੇ ਬਾਕੀ ਨਕਲੀ ਨਹੀਂ, ਨਕਲੀ ਨਹੀਂ, ਕਹਿੰਦੇ ਵੀ ਕੁਛ ਟੈਕਨੀਕਲ ਚੀਜ਼ਾਂ ਜਿਹੜੀਆਂ ਹੁੰਦੀਆਂ ਹਨਾ ਵੀ ਸਾਰੀ ਸਟੇਜ ਨੂੰ ਲੈ ਕੇ ਵੀ ਕਿੱਥੇ ਗਰਾਰੀ ਮੁੜ ਕੇ ਕਿੱਥੇ ਲਾਉਣੀ ਚਾਹੀਦੀ ਕਿੱਥੇ ਨਹੀਂ ਲਾਉਣੀ ਚਾਹੀਦੀ ਹਨਾ। ਹਾਂ, ਅਤੇ ਮੈਂ ਉਹ ਗੱਲਾਂ ਉਹਨਾਂ ਦੀਆਂ ਪੱਲੇ ਨਾਲ ਬੰਨੀਆਂ, ਅਤੇ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਤੈਨੂੰ ਗਾਣਾ ਵੀ ਲਿਖ ਕੇ ਕਰਦਾ ਸੈਂਡ ਵੀ ਤੂੰ ਗਾ, ਅਤੇ ਉਹ ਗਾਣਾ ਬਸ ਜਲਦੀ ਆਪਾਂ ਰਿਲੀਜ਼ ਕਰ ਰਹੇ ਹਾਂ। ਕੀ ਬਾਤ ਹੈ ਭਾਜੀ, ਥੈਂਕ ਯੂ ਸੋ ਮਚ 9X ਸਟੇਸ਼ਨ ਦੇ ਵੱਲੋਂ, ਮੇਰੇ ਵੱਲੋਂ ਦਿਲੋਂ ਦੁਆਵਾਂ, ਮਤਲਬ ਜਿੰਨੀਆਂ ਨਿਕਲਦੀਆਂ ਓਨੀਆਂ, ਮਤਲਬ ਮੈਂ ਦੱਸ ਨਹੀਂ ਸਕਦਾ ਕਿੰਨੀਆਂ ਸਾਰੀਆਂ ਇੱਥੇ ਹੀ ਕੱਢਦੇ ਬਸ ਹੁਣ ਇੱਥੇ, ਕਿਉਂਕਿ ਤੁਹਾਡੇ ਵਰਗੇ ਸੀਰੀਅਸ ਕਲਾਕਾਰ ਲਈ, ਤੁਹਾਡੇ ਵਰਗੇ ਅਸਲੀ ਕਲਾਕਾਰ ਲਈ, ਮਤਲਬ ਜਿੰਨੀਆਂ ਦੁਆਵਾਂ ਨਿਕਲਣ ਓਨੀਆਂ ਘੱਟ ਹੈ। ਥੈਂਕ ਯੂ ਭਾਜੀ, ਮੈਨੂੰ ਤਾਂ ਹਾਲੇ ਵੀ ਐਂ ਲੱਗਦਾ ਜੀ ਕੋਈ ਬਾਅਦ 'ਚ ਮਜ਼ਾਕ ਜਾਣਾ ਕਰ ਦੇ ਤੂੰ। ਕਿੰਨਾ ਕੁਛ ਬਦਲ ਗਿਆ ਭਾਈ ਵੇਖ ਲਓ ਨਾ। ਹਾਂਜੀ ਹਾਂਜੀ ਵੀਰੇ, ਵਧੀਆ, ਬਦਲਣਾ ਵੀ ਚਾਹੀਦਾ ਬੰਦੇ ਨੂੰ। 4-5 ਸ਼ੋਅ ਹਜੇ ਆਏ ਆ, ਉਸ ਤੋਂ ਬਾਅਦ ਇੰਨਾ ਕੁਛ, ਮਤਲਬ ਕੋਠੀ ਚੈਨਲ ਵੱਲੋਂ ਮੈਨੂੰ ਖਵਾ ਪਿਆ ਕੁਛ, ਤੂੰ ਤਾਂ ਮੈਨੂੰ ਖਵਾਈ ਨੀ ਭਾਈ। ਮੇਰਾ ਤੇ ਆਪਣਾ ਤੁਹਾਡੇ ਨਾਲ ਪਲਾਨ ਬ੍ਰੇਕਫਾਸਟ ਲੰਚ ਡਿਨਰ, ਮੈਂ ਸੋਚਦਾ ਪੈਸੇ ਇਕੱਠੇ ਕਰ ਲੈਣੇ। ਬੜਾ ਸਕੀਮੀ ਬੰਦਾ ਯਾਰ ਤੂੰ, ਹੈ ਸਿਆਣਾ ਹੋ ਗਿਆ ਕਾਫੀ ਹੈ, ਕੋਠੀ ਕਾਠੀ ਲੈਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿਵੇਂ ਲੋਨ ਲੂਨ ਤੇ। ਨਹੀਂ ਨਹੀਂ ਆਪਣੀ ਭਾਜੀ, ਆਪਣੀ ਪਰਸਨਲ ਪਰਸਨਲ। ਅੱਛਾ ਅੱਛਾ, ਯਾਰ ਮੈਨੂੰ ਪੱਕਾ ਪੱਕਾ ਸ਼ੱਕ ਆ ਕੋਈ ਭਾਜੀ? ਭਾਜੀ ਲਾਲ ਕਿਲੇ ਦੇ ਅੰਦਰ ਮੈਂ ਐਂਟਰ ਕਰਨਾ ਸੀ, ਮੈਨੂੰ ਉਹਨਾਂ ਨੇ ਮਨਾ ਕਰਤਾ, ਕਹਿੰਦੇ ਨਹੀਂ ਜਾਣਾ, ਆਪਾਂ ਕੋਠੀ ਲਾਲ ਕਰਾਤੀ, ਇੱਟਾਂ ਲਾਲ ਸਭ ਕੁਝ। ਜਿਹੜੇ ਹਿਸਾਬ ਨਾਲ ਤੂੰ ਮੈਨੂੰ ਖਵਾਇਆ ਪਿਆ ਨੀ, ਮੈਨੂੰ ਲੱਗਦਾ ਤੂੰ ਹੱਡੀਆਂ ਚੱਕ ਕੇ ਲਿਆ ਗਲ ਫਰਾ। ਹਾਂ ਨਹੀਂ ਨਹੀਂ ਭਾਜੀ, ਤੁਸੀਂ ਨਿਕਲਣਾ ਹੁਣ ਮੇਰੇ ਕਹਿੰਦੇ ਸਰ, ਮੈਂ ਤਾਂ ਵਿਆਹ ਤੇ ਜਾਣਾ ਪ੍ਰੋਗਰਾਮ ਤੇ ਵੀਰੇ। ਭਾਜੀ ਇੱਕ ਮਿੰਟ, ਤੁਸੀਂ ਸ਼ੋਅ ਤੇ ਜਾਣਾ ਨਾ, ਇੱਕ ਮਿੰਟ ਫੋਨ ਆ ਰਿਹਾ ਭਾਜੀ, ਫੋਨ ਤੇ ਗੱਲ ਤੁਹਾਡੇ ਨਾਲ ਜਾਣਾ ਯਾਰ, ਤੁਹਾਡੀ ਇੰਟਰਵਿਊ ਕੀਤੀ ਭਾਜੀ, ਮੈਂ ਇੰਨਾ ਤੇ ਬਣਦਾ ਨਾ, ਮੇਰਾ ਬ੍ਰੇਕਫਾਸਟ ਲੰਚ ਕੁਛ ਡਿਨਰ ਤੁਹਾਡੇ। ਹਾਂ ਹਾਂ ਕੋਈ ਨਹੀਂ, ਬੜਾ ਕਮਾਲ ਦਾ ਬੰਦਾ ਹੈ। ਹੈਲੋ ਹੈਲੋ, ਹਾਂਜੀ ਅੰਕਲ ਜੀ, ਹਾਂਜੀ ਹਾਂਜੀ ਅੰਕਲ ਜੀ, ਉਹ ਜਦੋਂ ਮਰਜ਼ੀ ਆਓ, ਤੁਹਾਡੀ ਆਪਣੀ ਕੋਠੀ ਹੈ। ਨਹੀਂ ਤੁਹਾਡੀ ਆਪਣੀ ਹੀ ਕੋਠੀ, ਮੈਂ ਹੀ ਕਹਿ ਰਿਹਾ। ਹਾਂਜੀ 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 ਜੀ 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 ਜੀ, ਨਹੀਂ ਕੋਈ ਚੱਕਰ ਹੀ ਨਹੀਂ ਜੀ। ਅੰਕਲ ਜੀ 10 ਮਿੰਟ 'ਚ ਫ੍ਰੀ ਕਰ ਦੇਣੀ ਆਪਾਂ, ਬਸ ਸਮਾਨ ਚੱਕ ਲਿਆ ਸ਼ੂਟ ਵਾਲਾ। ਹਾਂਜੀ ਹਾਂਜੀ, ਨਹੀਂ ਨਹੀਂ ਗਾਲਾਂ ਤਾਂ ਨਾ ਕੱਢੋ ਤੁਸੀਂ ਅੰਕਲ ਜੀ, ਬਸ 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 ਕੱਢਦੇ ਫੋਨ, ਸਮਝ ਗਿਆ, ਤੇਰੀ ਹੈ ਕੋਠੀ, ਸਮਝ ਗਿਆ, ਤੂੰ ਮੇਰੇ ਵੀ ਛੱਤਰ ਪਵਾਏਗਾ ਭਰਾਵਾ, ਮਿਲਦੇ ਹਾਂ ਠੀਕ ਹੈ ਵੀਰ ਬਣ ਕੇ। ਉਹ ਬਸ ਬਸ ਅਸੀਂ ਰੋਟੀ ਰੋਟੀ ਕੁਛ ਤੇ ਕਰਾਓ, ਤੂੰ ਹੀ ਖਾ ਲੈ ਪਰਾਂਠੇ। ਆਰਨਿਤ, ਕੀ ਇਹ ਗੱਲ ਸੱਚ ਹੈ ਕਿ ਪੋਇਜ਼ਨ ਗਾਣੇ ਤੋਂ ਬਾਅਦ ਤੁਹਾਨੂੰ ਕੋਈ ਕੌਫੀ ਨਹੀਂ ਪੁੱਛਦਾ? ਨਹੀਂ ਨਹੀਂ, ਮੈਨੂੰ ਤਾਂ ਮਜ਼ਾਕ 'ਚ ਲੱਗ ਜਾਂਦੇ ਨੇ ਕਰਨ ਵੀ, ਜੇ ਤੁਹਾਨੂੰ ਸਾਡੀ ਕੌਫੀ 'ਤੇ ਡਾਊਟ ਆ ਵੀ ਚਾਹ ਬਣਾ ਦਿੰਦੇ ਹਾਂ, ਮੈਂ ਕਿਹਾ ਨਹੀਂ ਯਾਰ, ਉਹ ਜਸਟ ਗਾਣੇ ਦੇ ਵਿੱਚ ਹੀ ਸੀਗਾ, ਅਤੇ ਇੱਦਾਂ ਦੀ ਕੋਈ ਗੱਲ ਨਹੀਂ। ਹੈਲਮਟ 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 ਬਾਰੇ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਕਦੇ ਵੀ ਆਪਾਂ ਬਾਹਰ ਨਿਕਲਦੇ ਹਾਂ ਤਾਂ ਹੈਲਮਟ ਪਾਏ ਬਿਨਾਂ ਨਾ ਨਿਕਲੋ, ਤਾਂ ਜੇ ਤਾਂ ਜੋ ਕਿ ਤੁਹਾਡਾ ਚਲਾਨ ਨਾ ਹੋ ਸਕੇ। ਕੈਲੰਡਰ ਕੈਲੰਡਰ ਇੱਕ ਉਹ ਚੀਜ਼ਾਂ ਜਿਹੜੀਆਂ ਜੋ ਆਪਣੇ ਨਾਲ ਘਟਨਾਵਾਂ ਹੈਪਨਾਂ ਹੋਈਆਂ ਹੁੰਦੀਆਂ ਜਾਂ ਕੋਈ ਮਿੱਠੀਆਂ ਯਾਦਾਂ ਨਾਲ ਜੁੜੀ ਹੋਈ ਇੱਕ ਚੀਜ਼ ਹੈ ਜੋ ਕੰਧ ਦੇ ਉੱਤੇ ਲਮਕਿਆ ਹੁੰਦਾ, ਉਹਨੂੰ ਵੇਖ ਕੇ ਇੱਕ ਯਾਦਾਸ਼ਤ ਬੰਦੇ ਦੀ ਜੁੜੀ ਹੁੰਦੀ ਉਹਨਾਂ ਤਰੀਕਾਂ ਨਾਲ। ਲੀਜੈਂਡ ਲੈਜੈਂਡ ਮੇਰੀਆਂ ਨਜ਼ਰਾਂ ਦੇ ਵਿੱਚ ਮੇਰੇ ਪੇਰੈਂਟਸ ਹੀ ਰਹਿਣਗੇ, ਕਿਉਂਕਿ ਜਿਨ੍ਹਾਂ ਨੇ ਜਨਮ ਦਿੱਤਾ ਅਤੇ ਉਹਨਾਂ ਦੇ ਸਦਕਾ ਦੁਨੀਆਂ ਦੇ ਉੱਤੇ ਨਾਮ ਕਮਾਇਆ, ਸੋ ਲੈਜੈਂਡ ਮੇਰੇ ਪੇਰੈਂਟਸ ਨੇ। ਸਨੈਪਚੈਟ ਸਨੈਪਚੈਟ ਕਿਸੇ ਆਪਣੇ ਖਾਸ ਬੰਦੇ ਨੂੰ ਝੂਠ ਦੇਖ ਕੇ ਬੋਲਿਆ ਕਰੋ, ਕਿਉਂਕਿ ਸਨੈਪਚੈਟ 'ਤੇ ਬੰਦਾ ਇੱਕ ਮਿੰਟ 'ਚ ਫੜਿਆ ਜਾਂਦਾ ਵੀ ਕਿੱਥੇ ਫਿਰਦਾ। ਰੀਚਾਰਜ ਰੀਚਾਰਜ ਜਦੋਂ ਹੱਥ ਤੰਗ ਹੁੰਦਾ ਸੀ ਸਕੂਲ ਟਾਈਮ ਜਾਂ ਕਾਲਜ ਲਾਈਫ ਹੁੰਦੀ ਸੀ, ਤਾਂ ਬੜੇ ਤਰਲੇ ਕਰ ਕਰਕੇ ਆਪਣੇ ਨਾਲ ਦੇ ਨੂੰ ਕਹਿਣਾ ਵੀਰ ਬਣ ਕੇ ਯਾਰ 20 ਰੁਪਏ ਦਾ ਰੀਚਾਰਜ ਕਰਵਾ ਦੇ,
ਟਾਈਮ ਪਾਸ ਹੋ ਜੂ। ਛੱਲੀ ਛੱਲੀ ਦਾ ਆਪਣਾ ਵੱਖਰਾ ਸਵਾਦ ਹੁੰਦਾ, ਹੁਣ ਭਾਵੇਂ ਖਾਣੇ ਵੀ ਬ੍ਰਾਂਡ ਹੋ ਚੁੱਕੇ ਨੇ ਪਰ ਛੱਲੀ ਜਿਹੜੀ ਭੁੰਨੀ ਹੋਈ ਹੁੰਦੀ ਉਹ 'ਤੇ ਕਾਲਾ ਨਮਕ ਲਾ ਕੇ ਅਤੇ ਨਿੰਬੂ ਲਾ ਕੇ ਉਹਦਾ ਖਾਣ ਦਾ ਵੱਖਰਾ ਸਵਾਦ ਹੈ, ਉਹ ਇੱਕ ਮਿੱਠੀ ਯਾਦ ਬਣੀ ਰਹਿਣੀ ਹੈ ਕਿ ਪਿੰਡ ਦਾ ਇੱਕ ਸੱਭਿਆਚਾਰ। ਕੁਲਫੀ ਕੁਲਫੀ ਇੱਕ ਬੜੀ ਮਿੱਠੀ ਯਾਦ ਹੈ, ਹਰ ਇੱਕ ਬੰਦੇ ਦੀ ਲਾਈਫ ਮਤਲਬ ਉਸ ਰਾਹਾਂ 'ਚੋਂ ਬੰਦਾ ਗੁਜ਼ਰਿਆ ਹੁੰਦਾ ਅਤੇ ਜਦੋਂ ਕੁਲਫੀ ਵਾਲੇ ਨੇ ਬਾਹਰੋਂ ਸਿਟੀ ਮਾਰਨੀ ਹੁੰਦੀ ਹੈ ਇੱਧਰੋਂ ਦਾਣਿਆਂ ਦਾ ਕੌਲਾ ਭਰ ਕੇ ਜੋ ਨਿਕਲ ਜਾਂਦੇ ਸੀ, ਕਾਫੀ ਵਾਰੀ ਰੇਡ ਪਈਆ ਫੜੇ ਜਾਂਦੇ ਸੀ, ਉਹ ਕੁਲਫੀ ਵਾਲੀ ਤਾਂ ਯਾਦ ਕਦੇ ਵੀ ਨਹੀਂ ਭੁੱਲਦੀ। ਭਾਈ ਅਗਲਾ ਸੈਗਮੈਂਟ ਹੈ ਟਸ਼ ਔਨ ਲਾਈਫ, ਸਭ ਤੋਂ ਪਹਿਲਾ ਕੁਐਸਚਨ, ਕਿਹੜੇ ਆਰਟਿਸਟ ਨਾਲ ਪੱਕੀ ਯਾਰੀ ਆ ਅਤੇ ਉਹ ਯਾਰੀ ਕਦੋਂ ਸ਼ੁਰੂ ਹੋਈ ਸੀ, ਕਿੱਥੇ ਸ਼ੁਰੂ ਹੋਈ ਸੀ, ਕਿਵੇਂ ਸ਼ੁਰੂ ਹੋਈ ਸੀ, ਕੋਈ ਮੂਮੈਂਟ ਯਾਦ ਆ? ਜਿੱਥੋਂ ਤੱਕ ਆਰਟਿਸਟਾਂ ਦੀ ਗੱਲ ਕਰੀਏ ਸਾਰਿਆਂ ਨਾਲ ਵੀਰੇ ਆਪਣਾ ਵਧੀਆ ਪਿਆਰ ਹੈ ਅਤੇ ਹੁਣ ਜਦੋਂ ਮੈਂ ਜੇ ਸਿੱਧੂ ਨਾਲ ਗੱਲ ਕਰਾਂ, ਕਿਉਂਕਿ ਸਿੱਧੂ ਅਤੇ ਅਸੀਂ ਇਕੱਠੇ ਏਰੀਏ 'ਚ ਹੀ ਹਾਂ ਅਤੇ ਸਾਡੀ ਉਦੋਂ ਕਿਉਂਕਿ ਸਿੱਧੂ ਦਾ ਅਤੇ ਮੇਰਾ ਸਟਰਗਲ ਉੱਦਾਂ ਭਾਵੇਂ ਉਹ ਵੀ ਕਾਫੀ ਟਾਈਮ ਤੋਂ ਸਟਰਗਲ ਕਰਦਾ ਸੀ, ਜਦੋਂ ਨਾ ਤਾਂ ਕੋਈ ਉਦੋਂ ਸਿੱਧੂ ਨੂੰ ਜਾਣਦਾ ਸੀ ਅਤੇ ਨਾ ਹੀ ਮੈਨੂੰ ਜਾਣਦਾ ਸੀ, ਜਿਹੜਾ ਵੀ ਬੈਕ ਐਂਡ 'ਤੇ ਵੀ ਅਸੀਂ ਆਪਦਾ ਕੀੜਾ ਕੱਢਦੇ ਸੀ ਸਟੇਜਾਂ 'ਤੇ ਜਾ ਕੇ ਸਾਡੇ ਤੋਂ ਵੱਡੇ ਆਰਟਿਸਟ ਗਾਉਂਦੇ ਸੀਗੇ, ਹੁਣ ਵੀ ਉਹ ਵੀਡੀਓ ਵਾਇਰਲ ਹੋਏ ਹੋਏ ਤੁਹਾਨੂੰ ਪਤਾ ਹੀ ਹੈ। ਸੋ ਅਸੀਂ ਇਕੱਠੇ ਹੋਏ ਸੀਗੇ ਜਿੱਦਾਂ ਵੀ ਸਿੱਧੂ ਦਾ ਸੋਹ ਆਈ ਆਇਆ ਸੀਗਾ ਅਤੇ ਮੇਰਾ ਜਗੀਰਦਾਰ ਗਾਣਾ ਰਿਲੀਜ਼ ਹੋਇਆ ਸੀਗਾ, ਉਦੋਂ ਸਾਨੂੰ ਇੱਕ ਦੂਜੇ ਨੂੰ ਮਤਲਬ ਇਹ ਹੋ ਗਿਆ ਸੀ ਵੀ ਸਿੱਧੂ ਨੂੰ ਮੇਰੇ ਬਾਰੇ ਪਤਾ ਲੱਗਿਆ ਵੀ ਇਹ ਵੀ ਮਾਨਸਾ ਤੋਂ ਅਤੇ ਮੈਨੂੰ ਸਿੱਧੂ ਬਾਰੇ ਉਦੋਂ ਇਕੱਠੇ ਹੋਏ। ਸੋ ਉਸ ਤੋਂ ਬਾਅਦ ਵਧੀਆ ਬਾਬੇ ਦੀ ਕਿਰਪਾ ਨਾਲ ਸਾਡਾ ਪਿਆਰ ਬਣਿਆ। ਕਿਹੜੇ ਆਰਟਿਸਟ ਨੂੰ ਦੇਖ ਕੇ ਤੁਹਾਨੂੰ ਇੱਦਾਂ ਲੱਗਦਾ ਕਿ ਇਹਦੀਆਂ ਜ਼ਿਆਦਾ ਸਹੇਲੀਆਂ ਹੋਣਗੀਆਂ, ਸੁੱਖੀ ਜਾਂ ਮਨਕੀਰਤ ਔਲਖ? ਮੈਨੂੰ ਲੱਗਦਾ ਮਨਕੀਰਤ ਦੀਆਂ ਵੱਧ ਹੋਈਆਂ। ਅੱਛਾ ਭਾਅ ਜੀ, ਮੈਨੂੰ ਇੱਕ ਗੱਲ ਦੱਸੋ ਕਿ ਯਾਰੀਆਂ ਦੇ ਵਿੱਚ ਜਿਵੇਂ ਉਧਾਰ ਸੁਧਾਰ ਚੱਲਦਾ ਰਹਿੰਦਾ, ਜੇ ਤੁਹਾਨੂੰ ਐਟ ਏ ਟਾਈਮ 10-15 ਲੱਖ ਰੁਪਏ ਦੀ ਲੋੜ ਪਵੇ ਤਾਂ ਆਹ ਦੋ ਆਪਸ਼ਨ ਦਊਂਗਾ, ਦੋਵਾਂ ਵਿੱਚੋਂ ਤੁਹਾਨੂੰ ਕੀ ਲੱਗਦਾ ਕੌਣ ਭੇਜੂਗਾ, ਸਿੱਧੂ ਮੂਸੇਵਾਲਾ ਜਾਂ ਪ੍ਰਦੀਪ ਸਰਾਂ? ਪੈਸੇ ਤਾਂ ਖੈਰ ਦੋਨਾਂ ਨੇ ਨਹੀਂ ਜਵਾਬ ਦੇਣਾ, ਕਿਉਂਕਿ ਪੈਸੇ ਤਾਂ ਦੋ ਹੀ ਦੇਣਗੇ। ਉਦਾਂ ਨਹੀਂ ਜਵਾਬ ਦੇਣਾ ਕਿ ਉਦਾਂ ਨਹੀਂ ਜਵਾਬ ਦੇਣਾ? ਨਹੀਂ ਨਹੀਂ ਨਹੀਂ, ਮਤਲਬ ਵੀ ਦੇ ਦੇਣੇ ਉਹਨਾਂ ਨੇ ਪੈਸੇ ਜੇ ਲੋੜ ਪਈ ਤਾਂ, ਇੰਨਾ ਤਾਂ ਆਪਾਂ ਨੂੰ ਭਰਾ ਦਾ ਵਿਸ਼ਵਾਸ ਹੁੰਦਾ। ਅਰਨੀਤ ਭਾਜੀ, ਬਹੁਤ ਸਾਰਾ ਸਟਰਗਲ ਕੀਤਾ ਇੰਡਸਟਰੀ ਦੇ ਵਿੱਚ, ਹੈ ਨਾ, ਅਤੇ ਕਿਤੇ ਨਾ ਕਿਤੇ ਡਿਫਾਲਟਰ ਦੇ ਨਾਲ ਤੁਸੀਂ ਵਾਪਸੀ ਕੀਤੀ, ਪਰ ਉਹ ਜਿਹੜਾ ਸਟਰਗਲ ਵਾਲਾ ਟਾਈਮ ਸੀ ਉਸ ਟਾਈਮ ਦੇ ਅੰਦਰ ਵੀ ਆਪਣੇ ਅੰਦਰ ਟਸ਼ਨ ਕਿਵੇਂ ਕਾਇਮ ਰੱਖਿਆ, ਕਿਉਂਕਿ ਅੱਜ ਕੱਲ੍ਹ ਦੇ ਨਿਊ ਬਿਗਨਰ ਜਿਹੜੇ ਹੈਗੇ ਆ, ਨਵੇਂ ਇੰਡਸਟਰੀ ਦੇ ਵਿੱਚ ਆਉਣ ਵਾਲੇ ਲੋਕ ਹੈਗੇ ਆ, ਉਹ ਇਹ ਜਾਣਨਾ ਚਾਹੁੰਦੇ ਆ? ਹਾਂਜੀ ਬਿਲਕੁਲ, ਪਤਾ ਚੱਕਰ ਗਈ, ਹਰ ਇੱਕ ਬੰਦੇ ਦੇ ਵਿੱਚ ਟੈਲੈਂਟ ਹੁੰਦਾ, ਭਾਵੇਂ ਉਹ ਗਾਉਂਦਾ, ਭਾਵੇਂ ਉਹ ਲਿਖਦਾ, ਭਾਵੇਂ ਉਹਨੂੰ ਐਕਟਿੰਗ ਦਾ ਸ਼ੌਂਕ, ਹਰ ਇੱਕ ਬੰਦੇ ਦੇ ਵਿੱਚ ਟੈਲੈਂਟ ਹੁੰਦਾ। ਸੋ ਪਰਮਾਤਮਾ ਹਰ ਇੱਕ ਬੰਦੇ ਦਾ ਇੱਕ ਸਮਾਂ ਜਿਹੜਾ ਉਹਨੇ ਮਿੱਥਿਆ ਹੁੰਦਾ, ਉਹਨੇ ਮਤਲਬ ਜੇ ਆਪਾਂ ਇਸ ਗੱਲ ਦੇ ਵਿੱਚ, ਮੈਂ ਸਮਝਦਾ ਵੀ ਕੁਦਰਤ ਦਾ ਬੜਾ ਵਾਸ ਹੁੰਦਾ, ਮੈਂ ਕਹਿੰਦਾ ਹੁੰਦਾ ਵੀ ਸਾਡੀ ਵੀ ਕੰਮ ਕਿਸੇ ਨੂੰ ਵੀ ਲੈ ਕੇ ਜਦੋਂ ਬੰਦਾ ਮਿਹਨਤ ਕਰਦਾ ਵੀ ਉੱਥੇ ਇੱਕ ਨਾ ਪਰਮਾਤਮਾ ਨੇ ਇੱਕ ਸਮਾਂ ਬੰਦੇ ਦਾ ਸੀਮਿਤ ਰੱਖਿਆ ਹੁੰਦਾ ਅਤੇ ਮਿਹਨਤ ਕਰਨਾ, ਬਥੇਰੇ ਵਾਰੀ ਆਪਾਂ ਟੁੱਟਦੇ ਹਾਂ ਅੰਦਰੋਂ ਅਤੇ ਜੁੜਦੇ ਹਾਂ ਵੀ ਹਾਂ, ਕਈ ਵਾਰੀ ਇਹ ਹੁੰਦਾ ਵੀ ਸ਼ਾਮ ਨੂੰ ਹਾਰਦੇ ਜਾਂਦੇ ਹਾਂ ਵੀ ਹਾਂ ਯਾਰ ਆਪਣਾ ਨਹੀਂ ਕੁਛ ਬਣਨਾ, ਆਪਣੇ ਕੋਲ ਦਾ ਪੈਸਾ ਨਹੀਂ, ਇਹ ਨਹੀਂ ਉਹ ਨਹੀਂ, ਹੈ ਨਾ, ਵੀ ਇਹ ਚੀਜ਼ਾਂ ਕਿਸੇ ਵੀ ਇਨਸਾਨ ਨੂੰ ਨਹੀਂ ਸੋਚਣੇ ਚਾਹੀਦੇ। ਸਾਡੇ ਛੋਟੇ ਭਰਾ ਨੇ ਜਿਹੜੇ ਜਿਨ੍ਹਾਂ ਨੇ ਹਲੇ ਸਟਰਗਲ ਕਰਕੇ ਅੱਗੇ ਆਉਣਾ, ਮੈਂ ਉਹਨਾਂ ਨੂੰ ਵੀ ਇਹ ਮੈਸੇਜ ਦਊਂਗਾ ਵੀ ਲੱਗੇ ਰਿਹਾ ਕਰੋ, ਜਿੱਦਾਂ ਇੱਕ ਉਹ ਕਹਾਵਤ ਵੀ ਡਰ ਕੇ ਅੱਗੇ ਜੀਤ ਹੈ, ਇਹ ਡਰ ਹੀ ਹੁੰਦਾ ਅਤੇ ਜਿੱਤਣਾ ਹਰ ਇੱਕ ਬੰਦੇ ਨੇ ਲਾਜ਼ਮੀ ਹੁੰਦਾ, ਸੋ ਇਹ ਜੀ ਕੋਈ ਗੱਲ ਨਹੀਂ, ਹਰ ਇੱਕ ਬੰਦੇ ਨੂੰ ਜੋ ਉਹਨਾਂ ਦੇ ਖਾਬ ਹੁੰਦੇ, ਸੁਪਨੇ ਹੁੰਦੇ, ਸੋਚੋ ਇੱਕ ਨਾ ਇੱਕ ਦਿਨ ਜ਼ਰੂਰ ਉਸ ਮੰਜ਼ਿਲ 'ਤੇ ਲੈ ਕੇ ਜਾਂਦੇ ਆ। ਟਸ਼ਨ ਦਾ ਜਸ਼ਨ ਇਨ ਐਸੋਸੀਏਸ਼ਨ ਵਿਦ ਗੈਟ ਦ ਬੈਸਟ ਡੀਲਸ ਔਨ ਯੋਰ ਫੇਵਰੇਟ ਮੇਲਸ ਵਿਦ ਸਵਿਗੀ, ਫਾਈਟਸ ਵਾਇਰਸ ਐਂਡ ਪ੍ਰੋਟੈਕਟਸ ਯੂ, ਐਂਡ ਵਿਸਪਰ ਮੇਰੀ ਲਾਈਫ ਮੇਰੇ ਰੂਲਸ।